ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ, ਗੁਰਗੱਦੀ ਤੇ ਸੁਭਾਇਮਾਨ ਪਾਤਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਆਦਰ ਅਤੇ ਸਤਿਕਾਰ ਸਹਿਤ ਸ਼ਾਮ ਦੇ ਦੀਵਾਨਾ ਅੰਦਰ ਆਪ ਜੀ ਜੋ ਬੈਠੇ ਹੋ, ਆਓ ਇਹਨਾਂ ਘੜੀਆਂ ਨੂੰ ਸਫਲਿਆਂ ਬਣਾਈਏ। ਚੱਲ ਰਹੀ ਸਤਿਗੁਰਾਂ ਦੀ ਪਾਵਨ ਜੀਵਨ ਕਥਾ, ਜਿਸ ਵਿੱਚੋਂ ਆਪ ਜੀ ਨੇ ਸਰਵਣ ਕੀਤਾ ਸੀ, ਕਰਤਾਰਪੁਰ ਸਾਹਿਬ ਜਦੋਂ ਦੋ ਧਿਰਾਂ ਦੇ ਵਿੱਚ ਵਿਵਾਦ ਹੋਇਆ, ਦੋਨੋਂ ਸਿੱਖਾਂ ਨੇ ਤਣਾਅ ਦੇ ਅੰਦਰ ਜਾ ਕੇ ਵੇਖਿਆ, ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਅਲੋਪ ਹੋ ਗਿਆ, ਬਾਹਰ ਆ ਕੇ ਅੰਦਰ ਦਾ ਵਰਤਾਰਾ ਦੱਸਿਆ। ਮੁਸਲਮਾਨਾਂ, ਸਿੱਖਾਂ ਤੇ ਹਿੰਦੂਆਂ ਨੇ ਪ੍ਰਾਸ਼ਚਿਤ ਕੀਤਾ ਤਲਾਕ ਉਤਾਰੀ ਲਈ, ਪਰਦਾ ਖਤਮ ਕੀਤਾ ਹੈ। ਗੁਰੂ ਬਾਬਾ ਜੀ ਦੇ ਪਾਵਨ ਆਸਣ ਨੂੰ ਫਰੋਲਿਆ ਹੈ, ਫੁੱਲਾਂ ਤੋਂ ਬਿਨਾਂ, ਪੱਤਿਆਂ ਤੋਂ ਬਿਨਾਂ ਕੁਛ ਨਾ ਮਿਲਿਆ। ਆਖਰਕਾਰ ਮੁਸਲਮਾਨਾਂ ਨੇ ਚਾਦਰ ਚੁੱਕ ਲਈ, ਚਾਦਰ ਦਾ ਵੀ ਝਗੜਾ ਹੋਇਆ। ਫੈਸਲਾ ਕੀਤਾ ਗਿਆ ਚਾਦਰ ਦੇ ਦੋ ਹਿੱਸੇ ਕੀਤੇ ਜਾਣ, ਇੱਕ ਹਿੱਸੇ ਨੂੰ ਚਿਤਾ ਤੇ ਜੜਾਇਆ ਗਿਆ ਤੇ ਦੂਜਾ ਹਿੱਸਾ ਕਬਰ ਵਿੱਚ ਦਫ਼ਨ ਕੀਤਾ। ਦੋਨੋਂ ਧਰਮਾਂ ਦੇ ਲੋਕਾਂ ਨੇ ਆਪੋ ਆਪਣਾ ਹੱਕ ਜਤਾਇਆ ਹੈ, ਪਰ ਸਿੱਖ ਜਾਣਦੇ ਸੀ ਗੁਰੂ ਸ਼ਬਦ ਨੇ ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਸਰਵਣ ਕੀਤਾ। ਆਓ ਕੋਈ ਸਮਾਂ ਮਨ ਚਿਤ ਗਰਤੀਆਂ ਨੂੰ ਇਕਾਗਰ ਚਿਤ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਆਸੀਸ ਬਖਸ਼ੋ। ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਬੈ ਛੰਦ ਤੁਰਕਨ ਅੰਬਰ ਅਰਧ ਅਰਧ ਹਿੰਦੁਨ ਤਬ ਨਿਆ, ਸਗਰ ਚਗਰ ਗਿਆ ਨਿਵਰ ਹਰਖਿ ਗੁਰ ਦੋਹੋਂ ਦਿਛ ਪਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਸੰਗਤਾਂ ਦੇ ਝਗੜੇ ਨੂੰ ਪ੍ਰਤੱਖ ਰੂਪ ਵਿੱਚ ਖਤਮ ਕੀਤਾ,
ਜੇ ਸੱਚੇ ਪਾਤਸ਼ਾਹ ਸਰੀਰ ਉਹਲੇ ਨਾ ਕਰਦੇ ਸ਼ਾਇਦ ਇਹ ਵਿਵਾਦ ਵੱਡੇ ਪੱਧਰ ਤੇ ਹੁੰਦਾ, ਖੂਨ ਖਰਾਬਾ ਵੀ ਹੋ ਸਕਦਾ ਸੀ ਦੋ ਤਿੰਨ ਧਿਰਾਂ ਦੇ ਵਿੱਚ। ਅੰਤਰਜਾਮੀ ਸਤਿਗੁਰੂ ਗੱਲਾਂ ਦੀਆਂ ਜਾਣਨ ਹਾਰ ਸਭ ਜਾਣ ਗਏ, ਇਸ ਲਈ ਉਹਨਾਂ ਨੇ ਤਨ ਨੂੰ ਆਪਣਾ ਅਲੋਪ ਕਰ ਲਿਆ। ਹੁਣ ਚਾਦਰ ਦੇ ਦੋ ਹਿੱਸੇ ਹੋਏ, ਇੱਕ ਟੁਕੜਾ ਇਸਲਾਮ ਦੇ ਲੋਕਾਂ ਨੇ ਬੜੇ ਅਦਬ ਦੇ ਨਾਲ ਜਨਾਜੇ ਤੇ ਰੱਖਿਆ। ਆਸਥਾ ਸ਼ਰਧਾ ਤੇ ਭਾਵਨਾ ਇਹ ਮੰਨੀ ਵੀ ਇਹ ਸਾਡੇ ਪੀਰ ਹਨ। ਕਰਤਾਰਪੁਰ ਦੀਆਂ ਗਲੀਆਂ ਚੋਂ ਜਨਾਜ਼ਾ ਕੱਢਿਆ ਗਿਆ ਇਸਲਾਮ ਦੀ ਰਵਾਇਤ ਦੇ ਮੁਤਾਬਕ। ਚਾਦਰ ਨੂੰ ਦਫ਼ਨ ਕੀਤਾ ਏ ਸਿੱਖਣ ਲੈ ਕਰ ਚੀਰ ਚਿਤਾ ਚੰਦਨ ਕੀ ਰਚ ਕਰ ਨਿਜ ਮੁਖ ਜਹਿ ਗੁਰ ਕਹਿਓ ਤਹਾਂ ਦੇ ਦਾਹ ਭਲੇ ਧਰ। ਸਿੱਖ ਤੇ ਹਿੰਦੂਆਂ ਨੇ ਇਕੱਤਰ ਹੋ ਕੇ ਸਤਿਗੁਰਾਂ ਦੀ ਪਾਵਨ ਚਾਦਰ, ਜੋ ਇੱਕ ਚਾਦਰਾ ਸੀ ਸਫੇਦ ਰੰਗ ਦਾ, ਅੱਧਾ ਟੁਕੜਾ ਲਿਆ ਚੰਦਨ ਦੀ ਚਿਖਾ ਤੇ ਲੈ ਕੇ ਆਉਂਦੇ। ਇਹ ਚਿਖਾ ਉਹ ਆ ਜੋ ਗੁਰੂ ਕੇ ਸਿੱਖ ਨੇ ਭਾਈ ਸਧਾਰਨ ਨੇ ਭਾਈ ਤਮਲੇ ਨੇ ਬਣਾਈ। ਗੁਰੂ ਨੇ ਸਿੱਖਾਂ ਦੀ ਵੀ ਰੱਖੀ, ਪਠਾਣਾਂ ਦੀ ਵੀ ਰੱਖ ਲਈ। ਉਹ ਦਫ਼ਨ ਕਰਨਾ ਚਾਹੁੰਦੇ ਸੀ, ਉਹਨਾਂ ਦਫ਼ਨ ਕਰਕੇ ਕਬਰ ਬਣਾ ਲਈ। ਸਿੱਖਾਂ ਦੀ ਮਨਸ਼ਾ ਸੀ ਸਤਿਗੁਰਾਂ ਦੇ ਪਾਵਨ ਤਨ ਦਾ ਚਿਤਾ ਤੇ ਸੰਸਕਾਰ ਹੋਵੇ, ਕਿਉਂਕਿ ਲੱਕੜਾਂ ਆਪ ਚੜਾਈਆਂ ਨੇ, ਸਮੱਗਰੀ ਪਾਤਸ਼ਾਹ ਨੇ ਆਪ ਮੰਗਾਈ ਸੀ, ਮਨ ਵਿੱਚ ਝੋੜਾ ਰਹਿਣਾ ਸੀ। ਉਹ ਚਾਦਰ ਲੈ ਕੇ ਆਏ, ਸਾਰੀ ਸੰਗਤ ਦਾ ਹਜੂਮ ਇਸ ਪਾਸੇ ਚੱਲ ਪਿਆ। ਚੰਦਨ ਦੀ ਚਿਤਾ ਚਾਦਰ ਨੂੰ ਵਿਛਾਇਆ ਗਿਆ, ਉੱਪਰ ਬਾਲਣ ਚਿਣਿਆ। ਸ਼ਰਧਾ ਉਹੀ ਆ ਵੀ ਇਹ ਗੁਰੂ ਨਾਨਕ ਸਾਹਿਬ ਦਾ ਸਰੀਰ ਹੈ। ਕੇਸਰ ਚੰਦਨ ਕੇਵੜਾ ਤੇ ਸਮੱਗਰੀ ਇਸ ਚਿਤਾ ਤੇ ਬਾਲੀ ਗਈ। ਉਨਹੁਤੇ ਮੁਰੀਦ ਸੋ ਅਧਲੇ ਨੀਕੇ ਤੈ ਦਫਨਾਏ ਦੀਏ। ਹੁਣ ਸਿੱਖਾਂ ਨੇ ਕਿਹੜੀ ਚਿਤਾ ਬਣਾਈ ਸੀ, ਉਹਦਾ ਅੰਗੀਠਾ ਇਕੱਠਾ ਕੀਤਾ। ਕਈਆਂ ਨੇ ਲਿਖਿਆ ਕਰਤਾਰਪੁਰ ਦੀ ਪਾਵਨ ਸਰਜਮੀ ਤੇ ਉਹਨੂੰ ਦੱਬ ਦਿੱਤਾ ਗਿਆ, ਤੇ ਕਈਆਂ ਜ਼ਿਕਰ ਕੀਤਾ ਚੱਲਦੀ ਰਾਵੀ ਚ ਬਹਾਇਆ ਗਿਆ। ਗੱਲ ਇਹ ਕੋਈ ਚੱਲਦੇ ਪਾਣੀ ਚ ਬਹਾ ਦਿਓ ਜਾਂ ਧਰਤੀ ਵਿੱਚ ਦੱਬ ਦਿਓ, ਇਹ ਦੋ ਹੀ ਮਰਿਆਦਾ ਨੇ ਗੁਰੂ ਘਰ ਦੇ ਵਿੱਚ। ਸਰੀਰਾਂ ਨੂੰ ਪਾਣੀ ਵਿੱਚ ਡੋਬਣਾ ਇਹ ਮਰਿਆਦਾ ਨਹੀਂ ਹੈ, ਠੀਕ ਹੈ। ਸਾਡੇ ਧਰਮ 'ਚ ਵੀ ਬੜਿਆਂ ਨੇ ਰੀਤ ਰਵਾਇਤ ਚਲਾਈ ਹੋਈ ਹੈ, ਕੋਈ ਸਰੀਰ ਛੱਡ ਜਾਂਦਾ ਹੈ ਜਲ ਪ੍ਰਵਾਹ ਕਰ ਦਿੰਦੇ ਆ, ਪਰ ਗੁਰਮਤ ਦੀ ਮਰਿਆਦਾ ਦਾਹ ਸੰਸਕਾਰ ਹੈ ਜੋ ਗੁਰੂ ਪਾਤਸ਼ਾਹ ਨੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਸਾਨੂੰ ਬਖਸ਼ਿਸ਼ ਕੀਤਾ ਹੈ। ਸਿੱਖਾਂ ਦੇ ਸੰਸਕਾਰ ਨੇ ਜਨਮ ਸੰਸਕਾਰ, ਜੀਵਨ ਸੰਸਕਾਰ, ਆਨੰਦ ਸੰਸਕਾਰ ਤੇ ਅੰਤਿਮ ਸੰਸਕਾਰ। ਇਹ ਚਾਰ ਸੰਸਕਾਰ ਜੀਵਨ ਵਿੱਚ ਵੱਡੇ। ਅੰਤਮ ਸੰਸਕਾਰ ਕੀਤਾ ਸਿੱਖਾਂ ਨੇ, ਉੱਧਰ ਮਰੀਦਾਂ ਨੇ ਚਾਦਰ ਨੂੰ ਦਫ਼ਨ ਕੀਤਾ ਹੈ, ਉਹਨਾਂ ਨੇ ਥੜਾ ਬਣਾ ਲਿਆ ਜੀ, ਉੱਥੇ ਬਣਾਇਆ। ਹਿੰਦੂ ਵੀਰਾਂ ਨੇ ਵੀ ਹੈ, ਉਹਨਾਂ ਦੇ ਰਾਹ ਬਣਾ ਲਿਆ।
ਫਰਕ ਤਾਂ ਦੋਨਾਂ 'ਚ ਕੁਛ ਨਹੀਂ। ਭਗਤਾਂ ਨੇ ਲਿਖਿਆ ਨਾ ਬਾਣੀ ਵਿੱਚ, ਨਾ ਇਹੋ ਦੇਹੋ ਰਾਹ ਨਾ ਵਸੀਤ। ਮਸੀਤ ਦੇ ਅੰਦਰ ਵੀ ਰੱਬ ਨੂੰ ਯਾਦ ਕਰਦੇ ਆ, ਕਬਰਾਂ ਵਾਲੇ ਕਬਰਾਂ ਪੂਜਦੇ ਆ, ਅਤੇ ਦਿਓਰੇ ਉਹ ਵੀ ਯੂਦਾਂ ਦਾ ਥੜਾ ਬਣਾਇਆ ਜਾਂਦਾ। ਕਹਿੰਦੇ ਦੋਨੇ ਧਿਰਾਂ ਨੇ ਆਪੋ ਆਪਣੀ ਮੰਨਤਾ ਵਾਸਤੇ ਸਭ ਕੁਝ ਬਣਾ ਲਿਆ, ਕਿਹਦੇ ਹੁੰਦੇ ਆ? ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਹੁੰਦੇ ਆ। ਰੱਬ ਦਾ ਸ਼ਰੀਕ ਖੜਾ ਕਰ ਲਿਆ, ਸਤਨਾਮ ਇਹ ਖੇਡ ਹੈ। ਇਹੀ ਕਾਰਨ ਸੀ ਸਤਿਗੁਰਾਂ ਨੇ ਖਡੂਰ ਸਾਹਿਬ ਭੇਜਿਆ ਸੀ ਗੁਰੂ ਅੰਗਦ ਦੇਵ ਪਾਤਸ਼ਾਹ, ਵਿਖਾਉਣਾ ਸੀ ਵੀ ਸਿੱਖ ਸੰਗਤਾਂ ਦੇ ਵਿੱਚੋਂ ਕੁਝ ਸਿੱਖ ਮਨ ਮਤ ਵੀ ਕਰਨਗੇ ਲੱਗਣ ਦੇ ਵਿੱਚ, ਕਿੰਨੇ ਕੁ ਜਾਗਰੂਕ ਨੇ। ਕਹਿੰਦੇ ਜੀ ਦੋਨਾਂ ਨੇ ਆਪਣੀ ਆਪਣੀ ਮਰਿਆਦਾ ਦੇ ਅਨੁਸਾਰ ਥਾਂ ਬਣਾ ਲਏ ਯਾਦਗਾਰ ਦੇ, ਪੂਜਦੇ ਦੋਨਾਂ ਹੀ, ਇੱਕ ਦੀਵਾ ਜਗਾਉਂਦੇ ਆ, ਇੱਕ ਜੋਤ ਜਗਾਉਂਦੇ ਆ, ਇੱਕ ਦਿਓਰੇ ਤੇ ਇੱਕ ਕਬਰ ਤੇ ਮਕਬਰੇ ਤੇ। ਦੋਨਾਂ ਨੇ ਆਪੋ ਆਪਣੇ ਧਰਮ ਦੇ ਤੌਰ ਤਰੀਕਿਆਂ ਦੇ ਨਾਲ ਮੱਥਾ ਟੇਕਣਾ ਸ਼ੁਰੂ ਕੀਤਾ ਏ। ਯੋ ਖਾਦ ਵਿਖਾਦ ਮਿਟਾਏ ਸਭ, ਦੋਹੋਂ ਦਿਸ਼ਨ ਐਲਾਦ ਕੀਏ। ਦੋਨੇ ਦਿਸ਼ਾਵਾਂ ਖੁਸ਼ ਨੇ ਕਿ ਗੁਰੂ ਨਾਨਕ ਸਾਡੇ ਸੀ, ਸਾਡੇ ਮੁਤਾਬਕ ਹੋ ਗਏ, ਜੋ ਅਸੀਂ ਚਾਹਿਆ ਗੁਰੂ ਪਾਤਸ਼ਾਹ ਨੇ ਕਰ ਦਿੱਤਾ। ਕਹਿੰਦੇ ਕੁਛ ਰਾਤਾਂ ਬਾਅਦ ਰਾਵੀ ਦਰਿਆ ਚੜ੍ਹਿਆ, ਦਿਓਰਾ ਤੇ ਕਬਰ ਹੜਾ ਕੇ ਲੈ ਗਿਆ, ਸਤਨਾਮ ਨਾਮ ਨਿਸ਼ਾਨੀ ਖਤਮ ਹੋ ਗਿਆ। ਇੱਕ ਪਾਸੇ ਤੇ ਚਾਦਰ ਦਾ ਸੰਸਕਾਰ ਹੋ ਗਿਆ, ਤੇ ਜਿੱਥੇ ਚਾਦਰ ਦਫ਼ਨ ਕੀਤੀ ਲੱਭੀ ਹੋਈ, ਉਹ ਤੋਂ ਬਾਅਦ ਇਕੱਠੇ ਹੋਏ ਅਰਦਾਸ ਕੀਤੀ ਤੇ ਸਿੱਖ ਸੰਗਤਾਂ ਨੇ ਇਕੱਤਰ ਹੋ ਕੇ ਦਿਓਰਾ ਬਣਾ ਲਿਆ। ਥਾਂ ਤੇ ਉਹੀ ਸੀ, ਵਸਤੂਆਂ ਦਾ ਇਹ ਸੀ, ਸਰੀਰ ਵੀ ਅਲੋਪ ਹੋਇਆ, ਹੋਈ ਚਾਦਰ ਵੀ ਅਲੋਪ, ਕਿਉਂਕਿ ਮੁਸਲਮਾਨਾਂ ਨੇ ਚਾਦਰ ਸਾੜੀ ਨਹੀਂ, ਉਹਨਾਂ ਨੇ ਵੀ ਦਫ਼ਨ ਕਰਤੀ ਲਪੇਟ ਕੇ ਬੜਿਆਦਪ ਦੇ ਸਹਿਜ, ਪਰ ਰਾਵੀ ਦਰਿਆ ਨਾਲ ਲੈ ਗਿਆ। ਫਿਰ ਇਹਨਾਂ ਨੇ ਆਪੋ ਆਪਣੀ ਥਾਂ ਬਣਾਈ, ਉਹ ਥਾਵਾਂ ਅੱਜ ਵੀ ਕਰਤਾਰਪੁਰ ਸਾਹਿਬ ਉਸੇ ਤਰ੍ਹਾਂ ਸੁਭਾਏਮਾਨ ਨੇ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਸਭ ਤੋਂ ਹੇਠਾਂ ਗਰਾਊਂਡ ਦੇ ਦਿਓਰਾ ਅੱਜ ਵੀ ਮੌਜੂਦ ਹੈ। ਮੰਜੀ ਸਾਹਿਬ ਸੰਗਤਾਂ ਦੀ ਦਾਨ ਕਰਦੀਆਂ, ਪਹਿਲੀ ਮੰਜ਼ਿਲ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਹੇਠਾਂ ਵਾਲਾ ਹਾਲ ਬਿਲਕੁਲ ਖਾਲੀ ਹੈ। ਉਸ ਹਾਲ ਦੇ ਵਿੱਚ ਸਤਿਗੁਰਾਂ ਦਾ ਉਹ ਖੜਾ ਸੰਗਮਰਮਰ ਦਾ ਬਣਿਆ ਅੱਜ ਵੀ ਉਸੇ ਤਰ੍ਹਾਂ ਖਾਲੀ ਹੈ। ਨਮਸਕਾਰ ਕਰਦੀਆਂ ਨੇ ਅਤੇ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੇ ਦਰਵਾਜ਼ੇ ਤੋਂ ਬਾਹਰ ਆਈਏ, ਮੁੱਖ ਦੁਆਰ ਤੋਂ ਬਿਲਕੁਲ ਖੱਬੇ ਹੱਥ, ਅੱਜ ਵੀ ਮੁਸਲਮਾਨ ਵੀਰਾਂ ਦੀ ਬਣਾਈ ਹੋਈ ਕਬਰ ਸੁਭਾਏ ਮਾਨ ਹੈ, ਉਹਨਾਂ ਦਾ ਬਣਾਇਆ ਖੜਾ। ਉਹਨਾਂ ਆਪਣੇ ਧਰਮ ਦੇ ਮੁਤਾਬਕ ਹਰੀਆਂ ਪੀਲੀਆਂ ਚਾਦਰਾਂ ਪਾਈਆਂ ਹੋਈਆਂ, ਅਤੇ ਜੇ ਪੁੱਛੋ ਉਹ ਕਹਿੰਦੇ ਸਾਡੀਆਂ ਮੰਨਤਾਂ ਅੱਜ ਵੀ ਪੂਰੀਆਂ ਹੁੰਦੀਆਂ, ਅਤੇ ਸਿੱਖਾਂ ਦੇ ਹਿੰਦੂਆਂ ਨੂੰ ਪੁੱਛੋ ਕਹਿੰਦੇ ਸਾਡੀਆਂ ਅਰਦਾਸਾਂ ਅੱਜ ਵੀ ਪੂਰੀਆਂ ਹੁੰਦੀਆਂ ਨੇ। ਚਲੋ ਦੋਵੇਂ ਕੰਮ ਲੱਗ ਗਏ। ਸਿੱਖ ਦਾ ਗੁਰੂ ਕੌਣ ਹੈ? ਸਿੱਖ ਦਾ ਗੁਰੂ ਨਾ ਮਸਜਿਦ ਹੈ ਨਾ ਦਿਓਰਾ। ਕੌਣ ਹੈ ਸਿੱਖ ਦਾ ਗੁਰੂ? ਸ਼ਬਦ ਹੈ, ਸਤਨਾਮ ਸ਼ਬਦ ਗੁਰੂ ਹੈ, ਅਤੇ ਸ਼ਬਦ ਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ ਜੋੜਿਆ, ਅਤੇ ਦੂਜੇ ਜਿਹੜੇ ਜਿਵੇਂ ਖੁਸ਼ ਸੀ ਉਹਨਾਂ ਨੂੰ ਉਵੇਂ ਖੁਸ਼ ਰੱਖ। ਕਰਤਾਰਪੁਰ ਸਾਹਿਬ ਸਤਿਗੁਰਾਂ ਦੇ ਤਨ ਦੇ ਪਰਿਤਿਆਗ ਤੋਂ ਬਾਅਦ ਗੁਰੂ ਪਰਿਵਾਰ ਵੀ ਲੰਮਾ ਸਮਾਂ ਇੱਥੇ ਵਸਦਾ ਰਿਹਾ ਏ। ਸੋਰਠਾ ਸੰਮਤ ਸਤਰ ਪਛਾਣ, ਪੰਜ ਮਾਸ ਬੀਤੇ ਬਹੁਰ। ਇੱਥੇ ਹੁਣ
ਕਵੀ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਰੀਰਕ ਉਮਰ ਦਾ ਜ਼ਿਕਰ ਕਰਦੇ। ਤਕਰੀਬਨ ਗੁਰੂ ਨਾਨਕ ਸਾਹਿਬ ਜੀ ਦੀ ਉਮਰ 70 ਸਾਲ ਹੈ। 70 ਸਾਲ, 70 ਸਾਲਾਂ ਦੇ ਵਿੱਚ ਇੱਕ ਮਹੀਨਾ ਗੁਰੂ ਬਾਬਾ ਜੀ ਦੀ ਏਜ ਸਰੀਰਕ ਤੌਰ 'ਤੇ, ਭਾਵ ਕੀ ਹੈ 69 ਸਾਲ 11 ਮਹੀਨੇ 7 ਦਿਨ ਤੀਆਂ ਪੰਜ ਵੀ ਦੇ 69 + 11 ਮੰਥ, ਫਿਰ ਪਲੱਸ ਕਰ ਲਓ 7 ਡੇ 1 ਵੀਕ। 70 ਸਾਲ ਦੀ ਉਮਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਆਰਜ਼ੂ ਭੋਗੀ ਆ ਸਰੀਰ ਕਰਕੇ, ਅਤੇ ਵੇਖੋ 17 ਸਾਲਾਂ ਦੀ ਉਮਰ ਵਿੱਚ ਕਿਰਤ ਕਰਦੇ ਸੀ, ਹਲ ਵਾਹੁੰਦੇ ਸੀ, ਆਪ ਇਸ਼ਨਾਨ ਕਰਦੇ ਸੀ ਜਾ ਕੇ, ਆਪ ਹੀ ਖੇਡਾਂ ਵਰਤਾਉਂਦੇ ਸੀ, ਆਪ ਹੀ ਆਨੰਦ ਰੱਖਦੇ ਸੀ, ਛੱਕ ਲਿਆ ਕਦੇ ਭੋਜਨ ਛੱਡ ਦਿੱਤਾ ਇੱਥੇ, ਅਤੇ ਸੱਠਾਂ ਵਾਲਿਆਂ ਨੂੰ ਫਿਕਰ ਪਿਆ ਹੋਇਆ ਕਹਿੰਦੇ ਬਸ ਜੀ ਬੁੱਢੇ ਹੋ ਗਏ, ਉਹ ਸਾਰੀ ਜ਼ਿੰਦਗੀ ਇੱਕੋ ਡਰ 'ਚ ਜਿਉਂਦੇ ਰਹਿੰਦੇ ਆ, ਬਸ ਬੁੱਢੇ ਹੋ ਗਏ ਜੀ, ਹੁਣ ਇੱਥੇ ਕੀ ਹੈ, ਕੀ ਪਤਾ ਕਦੋਂ ਸੱਦਾ ਆ ਜਾਣਾ, ਇਹੋ ਜਿਹੇ ਵਰਦੇ ਵੀ ਨਹੀਂ ਜਾਂਦੀ। ਇਹ ਸੱਚ ਹੈ, ਸਾਰਿਆਂ ਦੇ ਟੱਬਰ 'ਚ ਇੱਕ ਅੱਧਾ ਇਹੋ ਜਿਹਾ ਦੈਨ ਹੁੰਦਾ ਜਿਹੜਾ ਬਸ ਬਸ ਜੀ ਮਰ ਜਾਣਾ, ਮਤਲਬ ਉਹ ਕਈਆਂ ਨੂੰ ਮਾਰ ਕੇ ਮਰਦਾ, ਸਤਨਾਮ ਬਸ ਕੰਮ ਇੱਕੋ ਹੀ ਹੈ, ਬੁੱਢੇ ਹੋ ਗਏ ਹੁਣ ਅਸੀਂ ਕੀ ਦੇਖਿਆ, ਮਤਲਬ ਜਿੱਥੇ ਜਿੱਥੇ ਕੰਮ ਫਿੱਟ ਬਹਿ ਜੇ ਉਹਦੇ ਕਰ ਲੈਣਾ, ਜਿੱਥੇ ਲੱਗਿਆ ਵੀ ਇਹ ਕੰਮ 'ਤੇ ਨੁਕਸਾਨ ਆ, ਪੈਸੇ ਵੱਧ ਲੱਗਦੇ, ਉੱਥੇ ਪਤਾ ਭਾਵੇਂ ਕਬਰਾਂ 'ਚ ਲੱਤਾਂ ਨੇ ਜੀ, ਉਸ ਮੂਰਖ ਨੂੰ ਪੁੱਛੋ ਵੀ ਤੂੰ ਮੁਸਲਮਾਨ ਆ ਜਿਹੜੀਆਂ ਤੇਰੀ ਕਬਰਾਂ 'ਚ ਲੱਤਾਂ, ਇਹ ਕਿਹਾ ਕਰ ਮੜੀਆਂ 'ਤੇ ਸੰਘਾਸਣਾ ਸਨ, ਬੋਲਣਾ ਤਾਂ ਸਿੱਖ ਲਓ ਯਾਰ, ਕੋਈ ਮੁਸਲਮਾਨ ਆ ਕੇ ਸਾਡੀਆਂ ਕਬਰਾਂ ਵਿੱਚ ਲੱਤਾਂ 'ਤੇ ਮੰਨਿਆ ਜਾਵੇ, ਤੂੰ ਚੰਗਾ ਭਲਾ ਜਿਉਂਦਾ ਸਿੱਖ ਹੋ ਕੇ ਕਬਰਾਂ 'ਚ ਜਾਣ ਨੂੰ ਫਿਰਦਾ, ਜੇ ਹੋਂਬੇ ਦੇ ਵਿੱਚ ਫਸਿਆ ਨਾ ਤੇ ਹੋਂਬੇ ਦੀ ਕਬਰ ਕਿਤੇ ਸਦਾ ਹੀ ਆ ਤੂੰ, ਇਹ ਕੰਮ ਕੀ ਹੈ, ਇਹ ਬੰਦੇ ਦੀ ਚਲਾਕੀ ਹੈ, ਆਪਾਂ ਕਿਤੇ ਜਾਣਾ ਨਹੀਂ ਚਾਹੁੰਦੇ, ਸਾਨੂੰ ਕੋਈ ਆਖੇ ਚੱਲ ਸਫ਼ਰ 'ਤੇ ਚੱਲੀਏ, ਸਵਿਟਜ਼ਰਲੈਂਡ ਚੱਲਦੇ ਹਾਂ, ਇੰਨੇ ਇੰਨੇ ਬੰਦੇ ਚੱਲੇ ਆ, ਉਹਨਾਂ 'ਚੋਂ ਜਿਹੜਾ ਬਜ਼ੁਰਗ ਉਹਨੇ ਵੇਖਿਆ ਵੀ ਇੰਨੀ ਪੈਨਸ਼ਨ ਆਉਂਦੀ ਹੈ, ਇੰਨਾ ਕੁ ਹਿਸਾਬ ਕਿਤਾਬ ਆ ਉੱਥੇ, ਇੰਨਾ ਖਰਚਾ ਹੋ ਜਾਊਗਾ, ਉਹ ਕਹਿੰਦਾ ਛੱਡੋ ਜੀ ਸਾਡੀ ਕਿਹੜਾ ਉਮਰ ਆ ਕਿਤੇ ਜਾਣ ਦੀ, ਬਾਬਾ ਪਰੌਂਠੇ ਖਾਣ ਦੀ ਬੜੀ ਉਮਰ ਹੈ ਤੇਰੀ, ਅੱਜ ਵੀ ਤੈਨੂੰ ਲਿਆ ਕੇ ਫਰਿੱਜ 'ਚ ਕੁਛ ਰੱਖ ਦਿਉ ਅਤੇ ਸਵੇਰੇ ਫਰਿੱਜ ਖਾਲੀ ਹੁੰਦਾ, ਜਦ ਕਿਤੇ ਤੈਨੂੰ ਕਹਿ ਦੀਏ 4 ਪੈਸੇ ਲੱਗਣੇ ਹੁਣ ਤੇ ਤੂੰ ਕਹਿਣਾ ਬਸ ਜੀ ਉਮਰ ਕਿਹੜੀ ਰਹਿ ਗਈ, ਇਹ ਕੀ ਚਲਾਕੀਆਂ ਨੇ ਬੰਦੇ ਦੀਆਂ, ਦੂਜੇ ਬੰਦੇ ਨੂੰ ਡੀਮੋਟੀਵੇਟ ਕਰਨਾ। ਅਤੇ ਪਰ ਜੇ ਕਿਤੇ ਕਿਸੇ ਦਾ ਵਿਆਹ ਹੋਵੇ ਨਾ ਪੋਤੇ ਦਾ, ਸਾਰਿਆਂ ਤੋਂ ਪਹਿਲਾਂ ਥੋੜ੍ਹਾ ਕੱਪੜੇ ਪਾਈ ਖੜਾ ਹੁੰਦਾ ਗੱਡੀ ਨੂੰ, ਕਦੋਂ ਛੇਤੀ ਆਉਂਦੇ ਨਿਆਣੇ ਹੋ ਚੱਲੀਏ ਲੇਟ ਹੋ ਜਾਂਦੇ, ਥੋੜ੍ਹੀ ਮੌਕਾ ਜੋ ਸਾਨੂੰ ਫਿੱਟ ਬਹਿੰਦਾ ਹੈ ਉਹ ਵਧੀਆ, ਅਤੇ ਜਿਹੜੀ ਚੀਜ਼ ਦੇ ਵਿੱਚ ਸਾਡਾ ਖਰਚਾ ਹੋਵੇ ਉੱਥੇ ਕਹਿ ਦਿਓ ਜੀ ਬਸ ਬੁੱਢੇ ਹੋ ਗਏ ਮਰ ਜਾਣਾ, ਵੀ ਬਾਈ ਜੇ ਤੈਨੂੰ ਇੰਨਾ ਪਤਾ ਨਾ ਮਰ ਜਾਣਾ ਆ ਐਫ ਡੀ ਖਿਲਾਰ ਕੇ ਸੁੱਟ ਬਾਹਰ ਦੇ ਨਿਆਣਿਆਂ ਨੂੰ ਖਾਤਾ ਕਰਾ ਅਕਾਊਂਟ ਬੰਦ, ਮੰਨੀਏ ਤੂੰ ਬੁੱਢਾ ਹੋ ਗਿਆ ਤੇਰਾ ਲਾਲਚ ਖਤਮ ਹੋ ਗਿਆ, ਪਰ ਉਹ ਅੱਜ ਵੀ ਵੇਖਦਾ ਫਿਰਦਾ ਵੀ ਕਿਹੜੀ ਸਕੀਮ ਦੇ ਵਿੱਚ ਪੈਸੇ ਵੱਧ ਕਿੱਥੋਂ ਹੁੰਦੇ ਆ, ਕੌਣ ਦੇਖਦਾ ਹੈ ਜਿਹੜਾ ਰੋਜ਼ ਘਰੇ ਕਹਿੰਦਾ ਬਸ ਜੀ ਬਜ਼ੁਰਗ ਹੋ ਗਏ ਮਰਨਾ ਏ, ਰੋਜ਼ ਵੇਖਦਾ ਵੀ ਸੋਨਾ ਮਹਿੰਗਾ ਕਿੰਨਾ ਹੋਇਆ, ਖੁਸਾ ਦਾ ਨਾਮ ਪਹਿਲੀ ਹੈਡਲਾਈਨ ਇਹੀ ਪੜਦਾ, ਅਸੀਂ ਜੀ ਕੇ ਵੀ ਜੀ ਨਹੀਂ ਰਹੇ, ਬਸ ਪਿੰਜਰ ਚ ਸਾਹ ਚੱਲਦੇ ਆ, ਜਿਉਂਦਾ ਹੀ ਨਹੀਂ ਹੁੰਦਾ, ਬਿਲਕੁਲ ਜਿਉਣਾ ਨਹੀਂ, ਪਰ ਸਤਿਗੁਰਾਂ ਨੇ ਸਿਖਾਇਆ ਜਦ ਤੱਕ ਜਿਉਣਾ ਜਿੰਦਾ ਦਿਲ ਹੋ ਕੇ ਜਿਉਣਾ, ਬੁੱਢੇ ਹੋ ਕੇ ਵੀ ਗੁਰਸਿੱਖ ਕਹਿੰਦੇ ਆ ਕੋਈ ਗੱਲ ਨਹੀਂ ਚੱਲਾਂਗੇ ਤੇਰੇ ਨਾਲ,
ਬੰਦਗੀ ਵਾਲਿਆਂ ਨੂੰ ਕਹਿ ਲਓ ਵੀ ਹੇਮਕੁੰਡ ਸਾਹਿਬ ਜਾਣਾ ਜੀ, ਬਾਬਾ ਜੀ ਤੁਸੀਂ ਰਹਿਣ ਦਿਓ ਤੁਹਾਡੇ। ਉਹ ਕਹਿੰਦਾ ਗੱਲ ਸੁਣ ਪੁੱਤਰਾ, ਭੱਜ ਕੇ ਵੀ ਕੀ ਬਾਬੇ ਨਾਲ ਆ ਜੀ ਫਿਰ, ਕਿਉਂਕਿ ਜਿੰਨਾ ਮਿਲ ਰਹੇ ਤੇ ਜਿਹੜਾ ਉਮਰ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਬੁੱਢਾ ਮੰਨੀ ਫਿਰਦਾ ਹੈ, ਉਹ ਜੀ ਥੋੜ੍ਹੀ ਰਿਹਾ ਜੀ, ਉਹ ਤੇ ਵਕਤ ਕੱਟਦਾ, ਮੌਤ ਨੂੰ ਉਡੀਕਦਾ, ਕਦੋਂ ਆ ਜਾਏ ਉਹਨੂੰ ਉਡੀਕਣ ਦੀ ਕੀ ਲੋੜ ਹੈ, ਉਹਨੇ ਆਪਣੇ ਆਪ ਆ ਹੀ ਜਾਣਾ, ਉਹਨੂੰ ਸੱਦਾ ਦੇਣ ਦੀ ਲੋੜ ਨਹੀਂ, ਇਹ ਰੌਲਾ ਪਾਉਣ ਦੀ ਲੋੜ ਨਹੀਂ। ਨਾਸਤਕ ਵਿਰਤੀ ਵਾਲੇ ਬੰਦੇ ਰੋਜ਼ ਆਪਣੇ ਪਰਿਵਾਰਾਂ ਨੂੰ ਡਰਾਉਂਦੇ ਕਿ ਬੁੱਢੇ ਹੋ ਕੇ ਮਰ ਜਾਣਾ, ਬੁੱਢੇ ਹੋ ਕੇ ਮਰ ਜਾਣਾ, ਜੇ ਸੱਚੀ ਬੰਦੇ ਆ ਤੈਨੂੰ ਇੰਨਾ ਡਾਰਾ ਨਾ ਮੌਤ ਦਾ, ਤੇਰੇ ਹੱਥੋਂ ਗੁਟਕਾ ਸਾਹਿਬ ਨਾ ਛੁੱਟਦਾ, ਸਤਨਾਮ ਤੇਰੇ ਹੱਥੋਂ ਮਾਲਾ ਨਾ ਨਿਕਲੇ, ਉਹ ਤੇ ਕਦੇ ਫੜਦਾ ਗੁਰੂ ਘਰ ਬੈਠਿਆਂ ਗੋਡੇ ਦੁਖਦੇ, ਸਤਸੰਗ ਜਾਂਦੇ ਆ ਕੰਨ ਦੁਖਦੇ ਆ, ਪਿੱਠ ਥੱਕ ਜਾਂਦੀ ਹੈ, ਪਰ ਜਦ ਕਿਤੇ ਮਾੜੀ ਥਾਂ ਤੇ ਜਾਣਾ ਹੋਵੇ ਨਾ, ਉਦੋਂ ਬੰਦਾ ਕਦੇ ਨਹੀਂ ਕਹਿੰਦਾ ਬੁੱਢੇ ਹੋ ਗਏ ਜੀ, ਇਹ ਤੇ ਹੁਣ ਉਮਰ ਨਹੀਂ, ਸ਼ਰਾਬ ਡੱਕਣ ਵੇਲੇ ਦੋ ਦੋ ਬੋਤਲਾਂ ਬਣੇ ਪੀ ਜਾਂਦੇ ਆ, ਕਦੇ ਸੁਣਿਆ ਉੱਥੇ ਠੇਕੇ ਤੇ ਬੈਠਾ ਆਖੇ ਬਸ ਜੀ ਹੁਣ ਤੇ ਕੁਛ ਨਹੀਂ ਰਿਹਾ, ਦੁਨੀਆਂ 'ਚ ਮਰ ਜਾਣਾ ਹੈ, ਬੁੜਿਆਂ ਦਾ ਕੀ ਮੌਤ ਹੈ, ਨਾ ਉਦੋਂ ਨਹੀਂ ਕਹਿੰਦੇ। ਬਸ ਜਦੋਂ ਮਾਇਆ ਵੇਖੀ ਖਰਚਣ ਲੱਗੀ ਉਦੋਂ ਜਾਨ ਨਿਕਲਦੀ ਹੈ, ਕਿਉਂਕਿ ਰੱਬ ਨਹੀਂ ਜਾਂਦੇ ਆ, ਬੰਦਗੀ ਨਹੀਂ ਕੀਤੀ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ 70 ਸਾਲ ਦੀ ਉਮਰ ਦੇ ਵਿੱਚ ਵੀ ਹੜ ਆਉਂਦੇ ਰਹੇ ਆ, ਬਹਾਉਂਦੇ ਰਹੇ ਆ, ਹੱਥੀ ਸੇਵਾ ਸੰਗਤਾਂ ਦੀ ਕਰਦੇ, ਲੰਗਰ ਪਾਣੀ ਵਰਤਾਉਂਦੇ ਰਹੇ ਆ, ਅਤੇ ਅਸੀਂ ਆਪਣੇ ਸਰੀਰਾਂ ਨੂੰ ਇੰਨਾ ਕੁ ਬਣਾਇਆ ਹੋਇਆ ਜੀ, 50 ਸਾਲਾਂ ਤੋਂ ਬਾਅਦ ਡਿਕਲੇਅਰ ਕਰ ਦਈਦਾ ਬਸ ਹੁਣ ਭਾਜੀ ਬਸ ਹੋ ਗਿਆ। ਬਹੁਤੀਆਂ ਮੌਤ ਦੀਆਂ ਗੱਲਾਂ ਕਰਨ ਵਾਲੇ ਲੱਤਾਂ ਘੜੀਸ ਘੜੀਸ ਮਰਦੇ ਆ, ਪਰ ਰੱਬ ਤੋਂ ਨਹੀਂ ਡਰਦੇ, ਡਰਦੇ ਹੀ ਨਹੀਂ ਉਹ। ਅਤੇ ਗੁਰੂ ਬਾਬਾ ਜੀ ਨੇ 70 ਵਰੇ ਸਰੀਰਕ ਆਰਜੂ ਭੋਗੀ, ਉਹ ਵੀ ਆਪਣੀ ਮੌਤ ਦੇ ਮੁਤਾਬਕ, 69 ਸਾਲ 11 ਮਹੀਨੇ 7 ਦਿਨ ਦੀ ਉਮਰ ਹੈ ਗੁਰੂ ਨਾਨਕ ਪਾਤਸ਼ਾਹ। ਚਲੋ 70 ਸਾਲ ਹੀ ਲਾ ਲਓ, 1 ਮਹੀਨੇ ਦਾ ਕੀ ਫਰਕ, 17 ਸਾਲਾਂ ਦੇ ਵਿੱਚ ਗੁਰੂ ਬਾਬਾ ਜੀ ਨੇ ਦੁਨੀਆਂ ਦਾ ਉਧਾਰ ਕੀਤਾ ਏ। ਸਪਤ ਦਿਨਨ ਪਰਵਾਨ ਪਤਸ਼ਾਹੀ ਸ਼੍ਰੀ ਪ੍ਰਭ ਕਰੀ। ਇੱਥੇ ਗੁਰਗੱਦੀ ਦਾ ਜ਼ਿਕਰ ਨਹੀਂ ਆਉਣਾ ਵੀ ਆ ਇਸ ਉਮਰ ਵਿੱਚ ਗੁਰਗੱਦੀ ਪ੍ਰਾਪਤ ਹੋਈ ਤੇ ਇੱਥੇ ਛੱਡੀ, ਕਿਉਂਕਿ ਉਹ ਗੁਰਗੱਦੀ ਤੁਰ ਦਰਗਾਹ ਤੋਂ ਸੀ, 17 ਸਾਲਾਂ ਦੀ ਪਾਤਸ਼ਾਹੀ ਸੀ ਗੁਰੂ ਨਾਨਕ ਪਾਤਸ਼ਾਹ, 17 ਸਾਲਾਂ ਦੀ। 70 ਸਾਲਾਂ ਦੇ ਵਿੱਚ ਕਿਹਦਾ ਭਲਾ ਨਹੀਂ ਕੀਤਾ ਸੀ, ਅੱਜ ਤੱਕ ਕੋਈ ਜੰਮਿਆ ਨਹੀਂ ਗੁਰੂ ਨਾਨਕ ਸਾਹਿਬ ਤੇ PhD ਕਰੇ, ਠੀਕ ਹੈ ਮਾੜੀ ਮੋਟੀ ਕਰੀ ਜਾਂਦੇ ਆਪਣੀ ਆਪਣੀ ਮਤ ਦੇ ਮੁਤਾਬਕ, ਵੀ ਉਹਨਾਂ ਦੇ ਸਫ਼ਰ ਕੋਈ ਨਹੀਂ ਕਰ ਸਕਦਾ। ਗੁਰੂ ਪਾਤਸ਼ਾਹ ਵਰਗਾ ਟਰੈਵਲਰ ਕੌਣ ਹੋਇਆ ਦੁਨੀਆਂ 'ਤੇ, ਕਿੱਥੇ ਤਿੱਬਤ ਦੇ ਪਹਾੜ, ਚਾਈਨਾ ਦੇ ਪਹਾੜ, ਕਿੱਥੇ ਨੇਪਾਲ ਦੀਆਂ ਵਾਦੀਆਂ, ਕਿੱਥੇ ਅਰਬ ਦੇਸ਼, ਕਿੱਥੇ ਅਫਰੀਕਾ ਕੰਟੀਨੈਂਟ ਸਾਰਾ, ਯੂਰਪ ਦੇ ਕਈ ਇਲਾਕੇ ਜਿਨ੍ਹਾਂ ਦੀ ਸਾਡੇ ਕੋਲ ਖੋਜ ਹੈਗੀ। ਇਹਦਾ ਮਤਲਬ ਇਹ ਤਾਂ ਨਹੀਂ ਵੀ ਜੇ ਸਾਡੇ ਕੋਲ ਖੋਜ ਹੈਗੀ ਤਾਂ ਇੱਥੇ ਮਰਦ ਗਏ ਨਹੀਂ। ਆਪ ਜੀ ਦੇ ਪਿਛਲੀ ਕਥਾ 'ਚ ਸੁਣਿਆ ਹੈ, ਮੈਨੂੰ ਇਹ ਦੱਸੋ ਮੁਲਕ ਕਿਹੜਾ ਜਿੱਥੇ ਗੁਰੂ ਨਾਨਕ ਨਹੀਂ ਗਏ, ਮਿਸ਼ਨ ਦਾ ਇਲਾਕਾ ਸਾਰਾ, ਐਲਏਸੀ ਨਹੀਂ ਆ, ਇਥੋਪੀਆ ਅਫਰੀਕਾ 'ਚ ਹੀ ਆ, ਕਿਤੇ ਕਿਤੇ ਨਹੀਂ ਗਏ, ਕਿੱਥੇ ਕਿੱਥੇ ਮਰਦ ਨੇ, ਰਹਿਣਾ ਸਾਹਿਬ ਦੇ ਸ਼ਬਦ ਉਚਾਰਨ ਕੀਤੇ, ਨੀਲ ਨਦੀ ਦੇ ਕਿਨਾਰੇ ਅਲਬਰਟਾ ਦੇ ਵਿੱਚ, ਪਰ ਪੜ੍ਹੇ ਕੌਣ ਇਤਿਹਾਸ। 4 ਸਾਖੀਆਂ ਪੜ੍ਹ ਕੇ ਸਾਨੂੰ ਲੱਗਦਾ ਅਸੀਂ ਸਾਰਾ ਕੁਛ ਹੀ ਜਾਣਦੇ ਗੁਰੂ ਨਾਨਕ ਸਾਹਿਬ ਨਹੀਂ, ਸਮੁੰਦਰ ਹੈ। ਮੈਂ ਅੱਜ ਵੀ ਕਹਿੰਦਾ ਭਾਵੇਂ ਕਥਾ ਸਮਾਪਤ ਹੋ ਗਈ ਹੈ, 882 ਪਾਠ ਹੋ ਗਏ ਅੱਜ ਤੱਕ ਦੇ ਕਥਾ ਦੇ,
ਅੱਜ ਤੱਕ 83 ਮਿੰਟ ਹੋ ਗਏ 883 ਇੰਨੀ ਕਥਾ ਕਰਕੇ ਵੀ ਇਹ ਲੱਗਦਾ ਦਿੱਲੀ ਦੱਸ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਇੱਕ ਕਦਮ ਵੀ ਨਹੀਂ ਜਾਣਿਆ ਆਖੋ ਸਤਨਾਮ ਸਾਰੀ ਕਥਾ ਇਹ ਕਵੀ ਵਾਰ ਵਾਰ ਕਹਿੰਦੇ ਰਹੇ ਕਿਤੇ ਗ੍ਰੰਥ ਦੇ ਵਧਾਓ ਕਰਕੇ ਮੈਂ ਨਹੀਂ ਲਿਖ ਸਕਦਾ ਮੈਨੂੰ ਨਹੀਂ ਪਤਾ ਗੁਰੂ ਪਾਤਸ਼ਾਹ ਨੇ ਕਿੱਥੇ ਕਿੱਥੇ ਕੀ ਵਰਤਾਇਆ ਇਹ ਉਹ ਦਿਨਾਂ ਦੇ ਚੋਜ ਨੇ ਜੋ ਗਿਣਤੀ ਚ ਮੋਟੇ ਮੋਟੇ ਆਏ ਬਰੀਕੀ ਚ ਨਹੀਂ ਇਤਿਹਾਸ ਦੱਸਿਆ 2.5 ਸਾਲਾਂ ਦਾ ਇਤਿਹਾਸ ਚੱਲ ਰਿਹਾ ਰੋਜ਼ ਨਵਾਂ ਚੋਜ ਪਰ ਗੁਰੂ ਨਾਨਕ ਸਾਹਿਬ ਦੀ ਕਥਾ ਅੱਜ ਵੀ ਅਦੱਤ ਹੈ ਗੁਰੂ ਸਾਹਿਬ ਨੇ ਆਖਰੀ ਜਿਹੜੇ ਦਿਨ ਸਨ ਉਹ ਆਪਣੀ ਮਰਜ਼ੀ ਨਾਲ ਬੋਲਦਾ ਰਿਹਾ 10ਵੀਂ ਵਾਲੇ ਦਿਨ ਆਉਂਦਾ ਤੁਰੀ ਗਿਆ ਉਹ ਤੋਂ ਬਾਅਦ ਉਮਰ ਫਿਰ ਵਧਾਈ ਜਦੋਂ ਬੱਚਿਆਂ ਨੇ ਅਰਦਾਸ ਕੀਤੀ ਵਾਪਸ ਆ ਗਏ ਇੱਕ ਦਿਨ 'ਚ 2 ਘੜੀਆਂ ਬਾਅਦ ਨੇ ਹੋਰ ਬਤੀਤ ਕੀਤੀਆਂ ਕੀ ਸੁਣਾਈ ਇੰਨਾ ਕੁਝ ਸੁਣਾ ਕੇ ਵੀ ਕਈ ਵਾਰ ਲੱਗਦਾ ਸਪੀਚਲੈਸ ਗੁਰੂ ਨਾਨਕ ਸਾਹਿਬ ਦੀ ਕਥਾ ਕਦੇ ਕਥੀ ਨਹੀਂ ਜਾ ਸਕਦੀ ਕਦੇ ਨਹੀਂ ਕਥੀ ਜਾ ਸਕਦੀ ਇਹ ਤੇ ਸਿਰਫ ਅਸੀਂ ਸਿੱਖ ਆਨੰਦ ਲੈਣ ਲਈ ਗੁਰੂ ਬਾਬਾ ਜੀ ਦੀ ਕਥਾ ਦਾ ਜ਼ਿਕਰ ਕਰਦੇ ਹਾਂ ਉਹ ਅਗਾਧ ਬੋਧ ਨੇ ਸਮੁੰਦਰ ਨੇ ਵੀ ਉਹਨਾਂ ਨੂੰ 84 ਸਿੱਧ ਨਹੀਂ ਜਾਣ ਸਕੇ ਆਪਾਂ ਕਿਹੜੇ ਬਾਰੇ ਨੇ ਜੇ ਸ਼ਰਧਾ ਦੇ ਵਿਸ਼ੇ ਤੋਂ ਵੇਖਿਆ ਜਾਏ ਗੁਰੂ ਨਾਨਕ ਸਾਹਿਬ ਬਾਰੇ ਕਦੇ ਵੀ ਨਹੀਂ ਜਾਣਿਆ ਜਾ ਸਕਦਾ ਇੰਨੇ ਗਹਿਰੇ ਸਮੁੰਦਰ ਮਿੱਥੇ ਜਾ ਸਕਦੇ ਆ ਮਿਣੇ ਜਾ ਸਕਦੇ ਸਮੁੰਦਰਾਂ ਦੇ ਪਾਣੀ ਕਿੰਨੇ ਕਿਉਂਸਿਕ ਨੇ ਗੁਰੂ ਨਾਨਕ ਸਾਹਿਬ ਦੀ ਕਥਾ ਨਹੀਂ ਮਿਲੀ ਜਾ ਸਕਦੀ ਕਹਿੰਦੇ 7 ਦਿਨ ਸਤਿਗੁਰਾਂ ਨੇ ਅਖੀਰ ਦੇ ਵਿੱਚ ਬੜੇ ਆਨੰਦ ਦੇ ਬਤੀਤ ਕੀਤੇ ਸੀ ਕਦੇ ਪਲਗੇ ਤੇ ਨਹੀਂ ਪਏ ਖੁਰਾਕ ਕੀ ਸੁਣਿਆ ਸੀ ਇੱਕ ਫੁਲਕਾ ਸਵੇਰੇ ਜਾਂ 8 ਪਹਿਰਾਂ ਬਾਅਦ ਆਸਣ ਕਿਹੜਾ ਸੀ ਰੋੜਾਂ ਦੀ ਗੁਰਕਰੀ ਵਿਛਾਈ ਇੱਥੋਂ ਕਿੰਨਾ ਉਸਕੋ ਸਿੱਖਣ ਨੂੰ ਮਿਲਿਆ ਅੱਜ ਉਤਾ ਵਿਗਿਆਨ ਲੱਗ ਗਿਆ ਨਾ ਕਹਿਣ ਵੀ ਰੋਟੀ ਘੱਟ ਖਾਓ ਭੋਜਨ ਘੱਟ ਖਾਓ ਕਸਰਤ ਵੱਧ ਕਰੋ ਅਤੇ ਸਾਡਾ ਕੰਮ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਲੀ ਜਾਂਦੇ ਹਾਂ 3 ਟਾਈਮ ਰੋਟੀ ਖਾਂਦੇ ਹਾਂ 2 ਟਾਈਮ ਵਿੱਚ ਚਾਹ ਪੀ ਲਈਦੀ ਹੈ ਸੱਜੇ ਖੱਬੇ ਹੱਥ ਵੀ ਮਾਰ ਲਈਦੇ ਖਾਣ ਪੀਣ ਵਾਲੇ ਅਤੇ ਫਿਰ ਵੀ ਇਹ ਕਹੀ ਜਾਂਦੇ ਹਾਂ ਬੈਠੇ ਜਿੱਥੇ ਬਹਿ ਜਾਈਏ ਅੱਜ ਕੁਛ ਖਾਣ ਨੂੰ ਜੀ ਕਰਦਾ ਯਾਰ ਮਿੱਟੀ ਖਾਏਗਾ ਹੋਰ ਕੀ ਖਾਏਗਾ ਹੋਰ ਕੀ ਖਾਏਗਾ ਸਾਰਾ ਕੁਝ ਖਾਣ ਵਾਲੇ ਧਿਆਨ ਮੈਂ ਦਿੱਤੀਆਂ ਕਿਹੜਾ ਪਾ ਪਰ ਤਾਲੋ ਗੁਰ ਸਿੱਖ ਜਿਹੜੇ 2 ਵੇਲੇ ਭੋਜਨ ਛਕ ਜਿਨ੍ਹਾਂ ਦਾ ਜੀਵਨ ਸਦਾ ਕਹਿੰਦਾ ਆਨੰਦ ਆ ਗਿਆ ਰੱਬ ਦੀ ਬੰਦਗੀ ਦਾ ਉਹ ਜਿਹਦਾ ਸਿਸਟਮ ਹੀ ਭੋਜਨ ਖਾਣ ਵਿੱਚ ਪਚਾਣ ਵਿੱਚ ਲੱਗ ਜਾਂਦਾ ਸਾਰਾ ਉਹਨੇ ਬੰਦਗੀ ਕੀ ਸਵਾਹ ਕਰਨੀ ਹੈ ਉਹ ਕੀ ਕਰੂ ਬੰਦਗੀ ਸਾਡਾ ਕੰਮ ਕੀ ਹੈ ਸਵੇਰ ਦੀਆਂ ਰੋਟੀਆਂ ਖਾਧੀਆਂ ਘੰਟਾ ਫਿਰ ਪੈ ਗਏ ਬਾਹਰੋਂ ਘੁੰਮ ਫਿਰ ਕੇ ਆਏ ਗੇੜਾ ਗੂੜਾ ਲਾਇਆ ਫਿਰ ਆ ਕੇ ਫਿਰ ਗਏ ਦੁਪਹਿਰ ਦੀ ਰੋਟੀ ਤਿਆਰ ਹੋ ਗਈ ਉਹ ਖਾ ਲਈ ਫਿਰ 3 ਵਜੇ ਚਾਹ ਪੀ ਲਈ ਫਿਰ ਸ਼ਾਮ ਨੂੰ ਫਿਰ ਖਾ ਲਈ ਵਿੱਚ ਵਿਚਾਲੇ ਪਤਾ ਨਹੀਂ ਬਿਟਵੀਨ ਕੀ ਕੁਛ ਹੈ ਸੌਣ ਲੱਗੇ ਵੀ ਸੋਚੀਦਾ ਵੀ ਯਾਰ ਕੌਫੀ ਕੁਫੀ ਪੀ ਲਈਏ ਬੰਦਿਆ ਇੰਨਾ ਕੁਝ ਡਸਟਬੀਨ ਵਿੱਚ ਸੁੱਟੀ ਜਾਂਦਾ ਹੈ ਫਿਰ ਕਹਿੰਦਾ ਬਾਬਾ ਜੀ ਪਾਠ 'ਚ ਮਨ ਨਹੀਂ ਲੱਗਦਾ ਮੇਰਾ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ ਸ਼ੁਕਰ ਕਰ ਜਿਹੜਾ ਮਾੜਾ ਮੋਟਾ ਤੁਰਿਆ ਫਿਰਦਾ ਰੱਬ ਦੀ ਕਿਰਪਾ ਨਾਲ ਜਿਹੜੇ ਲੱਛਣ ਬੰਦਿਆ ਖਾਣ ਪੀਣ ਵਾਲੇ ਤੇਰੇ ਆ ਨਾ ਤੈਨੂੰ ਤੇ ਚੁੱਕ ਕੇ ਲਿਆਵੇ ਅਤੇ ਛੱਡ ਕੇ ਆਵੇ ਇਹ ਵੀ ਸੁੱਖ ਹੈ ਅੱਜ ਸਾਡੀ ਹਾਲਤ ਇੱਥੇ ਹੈ ਇੱਥੇ ਖੜੇ ਹਾਂ ਪਰ ਗੁਰੂ ਸਾਹਿਬ ਦੇ ਜੀਵਨ ਨੇ ਕੀ ਸਿਧਾਂਤ ਦਿੱਤਾ ਘੱਟ ਖਾਓ ਘੱਟ ਬੋਲੋ ਘੱਟ ਸੋਵੋ ਫਿਰ ਕੀ ਹੋਏਗਾ ਵੱਧ ਜੀਵਨ ਜਿਉਣ ਦਾ ਤਰੀਕਾ ਸਾਡਾ ਕੀ ਬੱਸ 'ਚ ਬੈਠ ਕੇ ਬੱਸ 'ਚ ਸੌ ਜਾਂਦੇ ਹਾਂ ਕਾਰ 'ਚ ਸਫ਼ਰ 'ਤੇ ਜਾਈਏ ਕਾਰ 'ਚ ਸੌ ਜਾਂਦੇ ਹਾਂ ਟੀ ਵੀ ਦੇਖੀਏ ਤਾਂ ਸੁੱਤੇ ਪਾਠ ਕਰੀਏ
ਲੋਕੀ ਫੜ ਕੇ ਅਟਕ ਲਾਉਂਦੇ ਕਹਿੰਦੇ ਸੌਂ ਗਿਆ ਹੋਏ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਵੀ ਸਾਡੀ ਹਾਲਤ ਇਹ ਹੁੰਦੀ ਹੈ ਜਿਵੇਂ ਕਿਤੇ ਮੁਰਦਾ ਆਖਰੀ ਸਾਹਾਂ ਦੇ ਹੋਵੇ ਮਰਨ ਵਾਲਾ ਪਿਆ ਇੰਨਾ ਤੱਕਾ ਵੀ ਪਾਠ ਕਰਦੇ ਹਾਂ ਵੀ ਸਾਡੀ ਹਾਲਤ ਤੇ ਉਹ ਜਿਹਦੇ ਨਾਲ ਪਿਆਰ ਹੋਵੇ ਨਾ ਦਰਿਆਵੀ ਪੱਧਰ ਤੇ ਪਤੀ ਪਤਨੀ ਦਾ ਪਿਆਰ ਮਿੱਤਰ ਮਿੱਤਰ ਦਾ ਪਿਆਰ ਕੋਈ ਉਹਦੇ ਕੋਲ ਬੈਠ ਨੀਂਦ ਉੱਡ ਜਾਂਦੀ ਹੈ ਤੇ ਗੁਰੂ ਕੋਲ ਬਹਿ ਕੇ ਸਾਨੂੰ ਨੀਂਦ ਆ ਜਾਂਦੀ ਉਹ ਕੱਦ ਨੇ ਫਿਰ ਅੱਗੋਂ ਪਤਾ ਕੀ ਕਹਿਣਗੇ ਸਾਡੇ ਵਰਗੇ ਚੋਲੇ ਵਾਲੇ ਕਹਿੰਦੇ ਲੈ ਬਾਪੂ ਦੀ ਗੋਦ 'ਚ ਬਹਿ ਕੇ ਨੀਂਦ ਆਉਂਦੀ ਮੈਂ ਕਿਹਾ ਫਿਰ ਸਰਾਣਾ ਵੀ ਲਿਆਇਆ ਕਰੋ ਨਾਲ ਜਾਈ ਚੁੱਕ ਲਿਆਇਆ ਕਰੋ ਸੌਂ ਵੀ ਆਇਆ ਕਰੋ ਹੋਰ ਵਧੀਆ ਕੰਮ ਇੱਧਰੋਂ ਉੱਧਰੋਂ ਆਏ ਬਾਪੂ ਦੀ ਗੋਦ 'ਚ ਸੌਂ ਗਏ ਪਾਠ ਦੀ ਕੀ ਲੋੜ ਹੈ ਤਰੀਕੇ ਦੇਖੋ ਕਿਹੋ ਜਿਹੇ ਲੱਭੇ ਅਸੀਂ ਕਹਿੰਦੇ ਬਾਪੂ ਦੀ ਗੋਦ 'ਚ ਨੀਂਦ ਆਉਂਦੀ ਹੈ ਅਤੇ ਜੇ ਸੱਚੀ ਬਾਪੂ ਡੰਡੇ ਵਾਲਾ ਹੋਵੇ ਨਾ ਬਾਪੂ ਦੇ ਦੀਵਾਨ 'ਚ ਵੀ ਸੌਤਾ ਨਹੀਂ ਜਾਂਦਾ ਹਾਲਾਂਕਿ ਜੇ ਨੀਂਦ ਨਹੀਂ ਜਿੱਥੇ ਪ੍ਰੇਮ ਹੋਏਗਾ ਉੱਥੇ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਜਾਗਦੇ ਹੋਣਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਰੇ ਜੀਵਨ 'ਚ ਸਿੱਖਿਆ ਦਿੱਤੀ ਹੈ ਸਿੱਖਿਆ ਦਿੱਤੀ ਅਤੇ ਅੱਜ ਉਹਨਾਂ ਸਿੱਖਾਂ ਨੇ ਇਸ ਸਿੱਖਿਆ ਨੂੰ ਫੋਲੋ ਕੀਤਾ ਜਿਹਦੇ ਵਿੱਚ ਗੁਰੂ ਅੰਗਦ ਦੇਵ ਜੀ ਬਾਬਾ ਸ੍ਰੀ ਚੰਦ ਇੰਨੀ ਲੰਬੀ ਉਮਰ ਕਿਉਂ ਸੀ ਉਹਨਾਂ ਦੀ ਘੱਟ ਛੱਡ ਲੋਕਾਂ ਨੇ ਖਾ ਖਾ ਦਾਣਾ ਪਾਣੀ ਪਕਾਤਾ ਅਲਾਂਭੇ ਆ ਗੁਰੂ ਨਹੀਂ ਜਾਂਦੇ ਜਿਹੜਾ ਮਨੁੱਖ ਨੇ 17 ਸਾਲਾਂ 'ਚ ਖਾਣਾ ਸੀ 50 ਦੀ ਖਾ ਲਿਆ ਰੱਬ ਵੀ ਕੀ ਕਰੇ ਕੋਈ ਨਾ ਬਹਾਨਾ ਬਣਨਾ ਹੀ ਕਿਤੇ ਆਉਣ ਵਾਲੀ ਮੌਤ ਹੋ ਗਈ ਕਸੂਰ ਜ਼ਬਾਨ ਹੈ ਪਰ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ 70 ਸਾਲ ਦੀ ਆਰਜਾ ਭੋਗੀ ਆਪਣੀ ਮਰਜ਼ੀ ਨਾਲ ਤਨ ਦਾ ਪਰਿਤਿਆਗ ਕੀਤਾ ਸਿੱਖਿਆ ਦਿੱਤੀ ਸਿੱਖੋ ਸਰੀਰ ਨਾਸ਼ ਬਣਦਾ ਇਹਨੂੰ ਕਬਰ 'ਚ ਦਫ਼ਨ ਕਰ ਦਿਓ ਭਾਵੇਂ ਇਹਦਾ ਦਿਉਰਾ ਬਣਾ ਦਿਓ ਤੁਸੀਂ ਇਹਨੂੰ ਪੂਜਣਾ ਨਹੀਂ ਸਰੀਰ ਦੀ ਗੱਲ ਛੱਡੋ ਮੇਰੇ ਗੁਰੂ ਨਾਨਕ ਪਾਤਸ਼ਾਹ ਦੀ ਚਾਦਰ ਦੀ ਵੀ ਪੂਜਾ ਨਹੀਂ ਹੋਣ ਦਿੱਤੀ ਸਤਨਾਮ ਵੀ ਕਿਤੇ ਸਿੱਖ ਨਾ ਪੂਜਣ ਲੱਗ ਪਿਆ ਸਿੱਖ ਸੰਤਾਂ ਨੂੰ ਸ਼ਬਦ ਨਾਲ ਜਪਜੀ ਦੀ ਬਾਣੀ ਨਾਲ ਜੋੜਿਆ ਧੁਰਕੀ ਬਾਣੀ ਦਾ ਸਮੂਹ ਸਤਿਗੁਰਾਂ ਸਾਡੀ ਝੋਲੀ ਪਾਇਆ ਗੁਰੂ ਨਾਨਕ ਪਾਤਸ਼ਾਹ ਦੇ ਤਨ ਦਾ ਪਰਿਤਿਆਗ ਹੋਇਆ ਸਿੱਖ ਸੰਗਤਾਂ ਨੇ ਚਿਤਾ ਜਲਾਈ ਉਸ ਚਿਤਾ ਦੇ ਉੱਤੇ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਬਣੀ ਜਪਜੀ ਸਾਹਿਬ ਦਾ ਪਾਠ ਹੋਇਆ ਕੁਛ ਪੌੜੀਆਂ ਕੀਰਤਨ ਸੋਹਲਾ ਜੀ ਦੀਆਂ ਜੋ ਗੁਰੂ ਨਾਨਕ ਸਾਹਿਬ ਦੀ ਰਚਨਾ ਸੀ ਉਹ ਗਾਈਆਂ ਗਈਆਂ ਸ਼ੁਕਰਾਨਾ ਕੀਤਾ ਸੱਜੇ ਸੰਗਤਾਂ ਦਾ ਮਨ ਬੜਾ ਉਦਾਸ ਹੈ ਵੀ ਗੁਰੂ ਸਾਹਿਬ ਸਰੀਰ ਕਰਕੇ ਚਲੇ ਗਏ ਅੱਜ ਵੀ ਇੱਥੇ ਨੇ ਸ੍ਰੀ ਗੰਗ 'ਤੇ ਜਾਂਦੇ ਰਹਿੰਦੇ ਗੁਰੂ ਤੇ ਅਕਾਲ ਪੁਰਖ ਹੈ ਦੁਨੀਆ ਸਾਡੇ ਨਾਲ ਹੈ ਮਨ ਬੜਾ ਉਦਾਸ ਸੀ ਸਤਿਗੁਰਾਂ ਤੋਂ ਬਿਨਾਂ ਕਰਤਾਰਪੁਰ ਸੁਣਨਾ ਸੁਣਾ ਲੱਗਦਾ ਇੱਥੇ ਹੁਣ ਚਿੱਤ ਨਹੀਂ ਲੱਗਦਾ ਦੋਹਰਾ ਸੰਮਤ 15 ਸਹਿ ਲਖੋ ਅਧਿਕ ਸ਼ਿਆਨਵਾ ਜਾਨ ਤੇ ਕਵੀ ਜੀ ਨੇ ਫਿਰ ਸਤਿਗੁਰਾਂ ਦੇ ਸੰਮਤ ਦਾ ਜ਼ਿਕਰ ਕੀਤਾ ਬਿਕਰ ਵੀ ਸੰਮਤ ਕਹਿੰਦੇ 1596 ਭਾਵ 26 1526 ਬੇਕਰਮੀ ਸੰਮਤ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਨ ਅੰਦਾਜ਼ਨ ਉਮਰ 69 ਸਾਲ 69 11 ਮਹੀਨੇ 7 ਦਿਨ ਗੁਰੂ ਪਾਤਸ਼ਾਹ ਨੇ ਤਨ ਸਰੀਰ ਰੱਖਿਆ ਇਹ ਅਲੋਕ ਤਨ ਸਰੀਰ ਤੇ ਉਹੀ ਹੈ ਜਦੋਂ ਸੁਲਤਾਨਪੁਰ ਦੀ ਧਰਤੀ ਸੀ ਪਾਤਸ਼ਾਹ ਉੱਥੇ ਵੀ ਗਈ ਨਦੀ ਵਿੱਚ ਮਰਦ ਨੇ ਸਰੀਰ ਅਲੋਪ ਕੀਤਾ ਦੁਨੀਆ ਲੱਭਦੀ ਫਿਰਦੀ ਕੋਈ ਕਹਿੰਦੇ ਡੁੱਬ ਗਿਆ ਕੋਈ ਕਹਿੰਦੇ ਗਾਇਬ ਹੋ ਗਿਆ ਕੋਈ ਕੁਛ ਆਖੇ ਇੱਕ ਭੈਣ ਨਾਨਕੀ ਸੀ ਆਖਦੀ ਸੀ ਮੇਰਾ ਵੀਰ ਡੁੱਬਿਆ ਕਿਉਂਕਿ ਭੈਣ ਪਛਾਣਦੀ ਸੀ ਮੇਰਾ ਵੀਰ ਸਰੀਰ ਨਹੀਂ ਆਪ ਪਰਮੇਸ਼ਰ ਉਹ ਸਰੀਰ ਸੀ ਜੋ ਵੇਈ ਵਿੱਚ ਅਲੋਪ ਹੋਇਆ 3 ਦਿਨ ਉਹੀ ਸਰੀਰ ਸਤਿਗੁਰਾਂ ਕਰਤਾਰਪੁਰ ਸਾਹਿਬ ਤੋਂ ਅਲੋਪ ਕਰਕੇ
ਸਿੱਖਾਂ 'ਚੋਂ ਮਨਮਤ ਖਤਮ ਕਰਤੀ ਸਿੱਖੋ, ਸਰੀਰਾਂ ਦੀ ਪੂਜਾ ਨਾ ਕਰਿਓ, ਸਿਰਫ ਸਿੱਖਾਂ ਦੇ ਸਰੀਰਾਂ ਦਾ ਸਤਿਕਾਰ ਕਰਨਾ ਹੈ। ਸਤਿਕਾਰ ਅੱਜ ਵੀ ਹੈ, ਗੁਰਫਤਿਹ ਬੁਲਾਓ ਇਹ ਤੋਂ ਵੱਡਾ ਸਤਿਕਾਰ ਕੀ ਹੈ। ਕਲਗੀਧਰ ਜੀ ਨੇ ਸਾਨੂੰ ਆਪਣੇ ਪੁੱਤਰ ਬਣਾਇਆ ਕਿ ਭਰਾ ਭਰਾ ਸਾਹਮਣੇ ਗੱਦੀ ਲਾ ਕੇ ਬਹਿੰਦਾ ਹੁੰਦਾ? ਕਦੇ ਵੀ ਭਰਾ ਭਰਾਵਾਂ ਨੂੰ ਗੱਲ ਲਾਉਂਦੇ ਆ, ਬਾਹਾਂ ਵਿੱਚ ਲੈਂਦੇ ਆ, ਪਰ ਅੱਜ ਪਤਾ ਨਹੀਂ ਅਜੋਕਾ ਕੰਮ ਇਹੋ ਜਿਹਾ ਚੱਲਦਾ ਹੈ, ਕੋਈ ਮੇਰੇ ਵਰਗਾ ਚੋਲਾ ਪਾ ਕੇ ਚਾਰ ਗੱਲਾਂ ਧਰਮ ਦੀਆਂ ਕਰ ਲਿਓ, ਪੁਰਸਾ ਲਾ ਕੇ ਕਹਿ ਜਾਂਦਾ ਲੋਕ ਪੈਰਾਂ 'ਚ ਬਹਿ ਜਾਂਦੇ। ਇਹ ਉਹਦਾ ਕਸੂਰ ਨਹੀਂ, ਜਨਤਾ ਹੀ ਮੂਰਖ ਹੈ, ਲੋਕ ਹੀ ਮੂਰਖ। ਕਿਉਂ ਮੂਰਖ ਨੇ? ਬਾਣੀ ਨੂੰ ਪੜ੍ਹ ਕੇ ਵਿਚਾਰੇ ਹੀ ਨਹੀਂ ਕਰਦੇ, ਜੋ ਵਰਗੀ ਸੁਣਾਈ 'ਚ ਉਹ ਸਭ ਚੱਲੀ ਜਾਂਦਾ, ਕੰਮ ਵਿਚਾਰਦਾ ਹੀ ਸੁੱਤਿਆਂ ਦੀ ਤੂੰ। ਪਰ ਗੁਰੂ ਨਾਨਕ ਸਾਹਿਬ ਜੀ ਨੇ ਤਨ ਉੱਲੇ ਕਰਕੇ ਸ਼ਬਦ ਦਾ ਆਸਰਾ ਸਿੱਖਾਂ ਨੂੰ ਦਿੱਤਾ। ਇੱਥੇ ਸਿੱਖ ਭਾਈ ਜੋਧ ਵਰਗੇ ਬੈਠੇ ਆ, ਨਿਤ ਕਰਤਾਰਪੁਰ ਦੀ ਧਰਤੀ ਤੇ ਜਪ ਜੀ ਦਾ ਜਾਪ ਕਰਦੇ ਨੇ, ਰਾਵੀ ਤੇ ਇਸ਼ਨਾਨ ਕਰਦੇ ਨੇ। ਅਸਜ ਬਦੀ ਦਸਮੀ ਵਿਖੇ ਸੱਚ ਖੰਡ ਪ੍ਰਸਥਾਨ। ਕਵੀ ਸੰਤੋਖ ਸਿੰਘ ਆਖਦੇ ਕਹਿੰਦੇ ਦਸਵੀਂ ਵਾਲੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚ ਖੰਡ ਬਰਾਜਮਾਨ ਕਹਿੰਦੇ, ਸੱਤਵੀਂ ਦਾ ਚੁਣਿਆ ਸੀ ਪਰ ਤਿੰਨ ਦਿਨ ਮਰਦ ਨੇ ਵਧਾਏ। ਫਿਰ ਪਹਿਲਾਂ ਆਪ ਜੀ ਨੇ ਸੁਣਿਆ ਇੱਥੇ ਪੁੱਤਰਾਂ ਨੇ ਅਰਦਾਸ ਕੀਤੀ, ਉਹ ਤੋਂ ਪਹਿਲਾਂ ਵੀ ਸਤਿਗੁਰਾਂ ਨੇ ਸਮਾਂ ਕੱਢ ਸੰਗਤ ਦੀ ਬੇਨਤੀ ਕਰਵਾ ਵਾਪਸ ਆਏ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੀਰ ਤੋਂ ਬਾਅਦ ਸੰਗਤਾਂ ਦੇ ਵਿੱਚ ਇਕਾਗਰਤਾ, ਪ੍ਰੇਮ। ਬਾਬਾ ਸ੍ਰੀ ਚੰਦ ਸਾਰੀਆਂ ਸੰਗਤਾਂ ਨੂੰ ਸਮਝਾਉਂਦੇ ਆ, ਪਰ ਮੱਥਾ ਕਿਸੇ ਨੇ ਵੀ ਉਹਨਾਂ ਨੂੰ ਨਹੀਂ ਟੇਕਿਆ। ਇਹ ਤਾਂ ਸਤਿਗੁਰਾਂ ਨੇ ਆਪਣੇ ਸਰੀਰ ਹੁੰਦਿਆਂ ਵੀ ਆਖਿਆ ਸੀ ਕਿ ਪੁੱਤਰ ਨੇ ਸਤਿਕਾਰ ਕਰੋ, ਮੱਥਾ ਥੋੜ੍ਹਾ ਟੇਕਣਾ। ਪਿਓ ਪਿਓ ਹੀ ਹੁੰਦਾ, ਜਿਹੜਾ ਸਤਿਕਾਰ ਮਨੁੱਖ ਆਪਣੇ ਪਿਓ ਨੂੰ ਦੇ ਸਕਦਾ, ਚਾਚੇ ਤਾਇਆਂ ਨੂੰ ਦੇ ਸਕਦਾ ਜੀ? ਨਹੀਂ, ਅਲੱਗ ਗੱਲਾਂ ਸਨ। ਗੁਰੂ ਬਾਬਾ ਜੀ ਦੇ ਤਨ ਦੇ ਪਰਿਤਿਆਗ ਤੋਂ ਬਾਅਦ ਜਿਸ ਥਾਂ 'ਤੇ ਸਤਿਗੁਰਾਂ ਦੀ ਚਿਤਾ ਜਲਾਈ ਗਈ ਸੀ, ਚਿਤਾ ਤੋਂ ਭਾਵ ਅੰਗੀਠਾ ਸਾਹਿਬ, ਕਹਿੰਦੇ ਸਿੱਖ ਉੱਥੇ ਬੈਠੇ, ਅੱਖਾਂ ਭਰੀਆਂ ਹੁੰਦੀਆਂ, ਮਨ ਭਰਿਆ ਹੁੰਦਾ, ਉੱਚੀ ਉੱਚੀ ਬਾਣੀ ਗਾਉਂਦੇ ਨੇ। ਸ਼੍ਰੀ ਗੁਰ ਕਥਾ ਕਹੀ ਕਛ ਥੋਰੀ, ਸਰਬ ਕਹਿਣ ਕੀ ਸ਼ਕਤ ਨਾ ਹੋਰੀ। ਕਵੀਆਂ ਦੇ ਕਵੀ ਸਰਤਾਜ ਮਹਾਂਕਵੀ ਭਾਈ ਸੰਤੋਖ ਸਿੰਘ ਬੜੇ ਭਰੇ ਮਨ ਨਾਲ ਲਿਖਦੇ ਆ, ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੀ ਥੋੜ੍ਹੀ ਜੀ ਕਥਾ ਵਰਣਨ ਕੀਤੀ ਹੈ, ਥੋੜ੍ਹੀ। ਕਹਿੰਦੇ ਮੇਰੀ ਮਾਤਾ ਇੰਨੀ ਨਹੀਂ, ਮੈਂ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਲਿਖੂ ਲਿਖਿਆ ਨਹੀਂ। ਸਾਤ ਸਮੁੰਦਾ ਮਸਤ ਕਹਿੰਦੇ ਕਬੀਰ, ਸਾਤ ਸਮੁੰਦਾ ਹੈ ਮਸਤ, ਕਲਮ ਕਰੋ ਬੰਦ ਰਾਏ ਬਸਦਾ ਕਾਗਦ, ਜਾਓ ਕਰੋ ਹਰ ਜਸ ਲਿਖਣਾ ਚਾਹੇ। ਸੱਤੇ ਸਮੁੰਦਰਾਂ ਦੀ ਸ਼ਾਹੀ ਕਰਨਾ, ਸਮੁੱਚੀ ਬਨਸਪਤੀ ਜਿੰਨੀ ਇਸ ਧਰਤੀ 'ਤੇ ਕਿਤੇ ਵੀ ਲੱਗੀ ਹੈ, ਘੜ ਘੜ ਕੇ ਕਲਮਾਂ ਬਣਾ ਲਾਂ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਾਂ, ਅਤੇ ਲਿਖਣ ਵਾਲੇ ਦੇਵਤਿਆਂ ਨੂੰ ਲਾ ਦੇ, ਸਰਸਵਤੀ ਉਚਾਰੇ ਅਤੇ ਗਣੇਸ਼ ਲਿਖੇ। ਆਪਣੀ ਭਾਵਨਾ ਨਾਲ ਕਹਿੰਦੇ ਲੱਖਾਂ ਗਣੇਸ਼ ਲਿਖ, ਲੱਖਾਂ ਸਰਸਵਤੀਆਂ ਤੇਰੇ ਗੁਣਾਂ ਨੂੰ ਉਚਾਰਨ। ਕਹਿੰਦੇ ਰੱਬਾ ਤਾਂ ਵੀ ਤੇਰੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਤੂੰ ਕਿੰਨਾ ਕੁ ਵੱਡਾ ਆਖੋ ਸਤਨਾਮ ਆਖੇ ਨਹੀਂ ਜਾ ਸਕਦਾ, ਕਿਉਂਕਿ ਆਖਣ ਔਖਾ ਸਾਚਾ ਨਾਓ, ਤੇਰਾ ਨਾਮ ਲਿਖਣਾ ਗਾਉਣਾ ਬਹੁਤ ਔਖਾ ਏ। ਕਹਿੰਦੀ ਮੈਂ ਥੋੜ੍ਹੀ ਜਿਹੀ ਕਥਾ ਦਾ ਵਰਣਨ ਕੀਤਾ ਹੈ ਕਿਉਂਕਿ ਮੇਰੀ ਮੱਤ ਥੋੜ੍ਹੀ ਹੈ, ਨਿਮਰਤਾ ਵੀ ਹੱਥ ਹੈ।
ਕਵੀ ਭਾਈ ਸੰਤੋਖ ਸਿੰਘ ਦਾ ਰੁਤਬਾ ਵੇਦ ਵਿਆਸੀ ਤੋਂ ਵੱਡਾ ਏ। ਅੱਜ ਤੱਕ ਦੁਨੀਆ 'ਚ ਕੋਈ ਐਸਾ ਕਵੀ ਨਹੀਂ ਹੋਇਆ ਵੀ ਦੱਸਦੇ ਕਿਸੇ ਧਰਮ ਦੀ ਗੱਲ ਪੜ੍ਹ ਕੇ, ਜਿਹਨੇ ਐਡਾ ਵੱਡਾ ਗ੍ਰੰਥ ਲਿਖਿਆ ਹੋਵੇ। ਗੁਰਪ੍ਰਤਾਪ ਸੂਰਜ ਗ੍ਰੰਥ ਮਹਾਂਭਾਰਤ ਨਾਲੋਂ ਵੀ ਚਾਰ ਗੁਣਾ ਵੱਡਾ ਏ। ਇੰਨਾ ਕੁਛ ਲਿਖਣ ਵਾਲਾ ਕਹਿੰਦਾ ਹੈ ਮੇਰੀ ਮੱਤ ਥੋੜ੍ਹੀ ਹੈ, ਮੈਂ ਨਹੀਂ ਲਿਖ ਸਕਦਾ ਅਤੇ ਮੇਰੇ ਵਰਗਾ ਚਾਰ ਸਾਥੀਆਂ ਪੜ੍ਹ ਕੇ ਰਾਹ ਜਾਂਦਿਆਂ ਨੂੰ ਪਾਰਕਾਂ 'ਚ ਰੁਕ ਕੇ ਕਹਿੰਦਾ ਉਹ ਕਰਦਾ ਇੱਦਾਂ ਦਾ, ਤੈਨੂੰ ਪਤਾ ਇੱਥੇ ਗੁਰਦੁਆਰਾ, ਹਾਂਜੀ ਤੈਨੂੰ ਪਤਾ ਉੱਥੇ ਪਾਠ ਹੁੰਦਾ ਕਿਹੜਾ ਕਿਹੜਾ ਹੁੰਦਾ, ਕਹਿੰਦਾ ਨਹੀਂ ਪਤਾ, ਕਹਿੰਦਾ ਪਤਾ ਮੈਨੂੰ ਵੀ ਨਹੀਂ, ਅੱਖ ਸਤਿਨਾਮ ਆਹ ਹਾਲ ਹੈ ਸਾਡਾ ਵੀ ਪਤਾ ਮੈਨੂੰ ਵੀ ਹੈ ਨਹੀਂ, ਦੱਸਣਾ ਇਹ ਸੀ ਕਿ ਮੈਨੂੰ ਇਹ ਵੀ ਸਾਖੀ ਦਾ ਪਤਾ, ਮੈਨੂੰ ਉਹ ਵੀ ਪਤਾ। ਸਾਖੀਆਂ ਨਾਲ ਕੀ ਹੋ ਜੂਗਾ ਯਾਰ, ਜਦੋਂ ਸਾਖੀਆਂ ਜੀਵਨ 'ਚ ਵਰਤੀਆਂ ਹੀ ਨਹੀਂ, ਜੀਵਨ ਵਿੱਚ ਚੇਂਜ ਹੀ ਨਹੀਂ ਆਇਆ। ਮੰਨ ਲਓ ਮੈਂ ਅੰਮ੍ਰਿਤ ਨਾ ਛਕਾਂ ਅਤੇ ਮੈਂ ਸਾਰਾ ਕੁਝ ਯਾਦ ਕਰੀ ਫਿਰਦਾ, ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜੀ, ਫਿਰ ਭਾਈ ਡੱਲੇ ਨੂੰ ਵੀ ਅੰਮ੍ਰਿਤ ਛਕਾਇਆ ਜੀ, ਅੰਮ੍ਰਿਤ ਛਕਣਾ ਬੜਾ ਜ਼ਰੂਰੀ ਹੈ, ਇਹ ਖਾਲਸਾ ਪੰਥ ਇੱਦਾਂ ਸਾਜਿਆ। ਅਤੇ ਆਪ ਪੁੱਛੋ ਅੰਮ੍ਰਿਤ, ਕਹਿੰਦਾ ਅਜੇ ਨਹੀਂ, ਅਜੇ ਤਾਂ ਬੱਚੇ ਲਿਆਉਣੇ ਆ, ਪੰਦਿਆ ਡਰ ਕੋਈ ਪਤਾ ਨਹੀਂ ਮੌਤ ਕਦੋਂ ਵਿਆਹ ਲਿਆ, ਸਤਨਾਮ ਰੱਬ ਤੋਂ ਡਰ, ਗੁਰੂ ਵਾਲਾ ਬਣ ਜਾ ਮੁੜ ਜਨਮ ਨਹੀਂ ਮਿਲਣਾ ਦੁਬਾਰਾ, ਗੱਲ ਮੌਤ ਦੇ ਡਰਦੀ ਨਹੀਂ, ਫਿਰ ਕੀ ਪਤਾ ਮਨੁੱਖਾ ਜਨਮ ਮਿਲੇ ਜਾਂ ਨਾ ਮਿਲੇ, ਸ਼ੋਰ ਥੋੜ੍ਹੀ ਗੁਰੂ ਵਾਲੇ ਹੋਈਏ, ਗੁਰੂ ਵਾਲੇ ਬਣੀਏ ਫਿਰ ਸਿਫਤ ਕਰੀਏ, ਕਿੰਨਾ ਆਨੰਦ ਹੈ। ਜਿਹਨੇ ਅੰਮ੍ਰਿਤ ਛਕਿਆ ਉਹ ਅੰਮ੍ਰਿਤ ਛਕਣ ਦੀ ਗੱਲ ਕਰੇ ਕਿੰਨਾ ਜਾਚਦਾ, ਜਿਹੜਾ ਆਪ ਨੂੰ ਬੁਰਾ ਮੰਨ ਲਓ ਕਿਸੇ ਨੇ ਕੇਸ ਕੱਟੇ ਆ ਉਹ ਜੂੜਾ ਰੱਖਣ ਦੇ ਗੁਣ ਦੱਸੀ ਜਾਂਦਾ, ਅੱਜ ਕੱਲ੍ਹ ਇਹੀ ਗੱਲ ਆ। ਜਮਾਨਾ ਕਿਹੜਾ, ਗੰਜਿਆਂ ਨੂੰ ਗੰਗੇ ਵੇਚਦੇ ਹੋ, ਹੱਸ ਕੇ ਲੈ ਲੈਂਦੇ ਆ, ਸਤਨਾਮ ਕਹਿੰਦੇ ਤੇ ਫਾਇਦੇ ਬੜੇ ਆ। ਅੱਜ ਉਹ ਹਾਲ ਸਾਡੇ ਲੋਕਾਂ ਦਾ ਇਹ, ਧਰਮ ਦੀਆਂ ਗੱਲਾਂ ਸਾਖੀਆਂ ਸਾਰੇ ਪੜ੍ਹੀ ਫਿਰਦੇ, ਕੋਈ ਕਹਿੰਦਾ ਮੈਂ ਨਾਨੀ ਕੋਲੋਂ ਸਿੱਖਿਆ, ਮੈਂ ਦਾਦੀ ਕੋਲੋਂ ਵੀ ਸੁਣੀ, ਅਸਰ ਕੀ ਕੀਤਾ ਭਾਈ, ਫਿਰ ਕੋਈ ਅਸਰ ਹੈ ਜੀਵਨ 'ਤੇ। ਜਿਹੜਾ ਕਹਿੰਦਾ ਮੇਰੀ ਨਾਨੀ ਮੈਨੂੰ ਸਾਖੀਆਂ ਸੁਣਾਉਂਦੀ ਰਹੀ ਆ, ਆਪਣਾ ਪੁੱਤ ਦਾੜੀ ਕਟਾਈ ਫਿਰਦਾ ਹੁੰਦਾ, ਜਿਹੜਾ ਕਹਿੰਦਾ ਮੇਰੀ ਦਾਦੀ ਮੈਨੂੰ ਲੋਰੀਆਂ ਦਿੰਦੀ ਸੀ, ਮੈਨੂੰ ਗੁਰਦੁਆਰੇ ਲੈ ਕੇ ਜਾਂਦੀ ਸੀ, ਆਪ ਰੋਜ਼ ਬਿਨਾਂ ਨਾਗਾ ਸ਼ਰਾਬ ਪੀਂਦਾ, ਕੀ ਕਰੀਏ। ਮਾੜੀ ਦੀ ਧਰਮ ਦੀ ਨੌਲੇਜ ਲੈ ਕੇ ਬੰਦਾ ਆਫਰ ਜਾਂਦਾ। ਧੰਨ ਸੀ ਕਵੀ ਭਾਈ ਸੰਤੋਖ ਸਿੰਘ, ਸਤਿਗੁਰਾਂ ਦਾ ਸੰਪੂਰਨ ਜਸ ਲਿਖ ਕੇ ਮਹਿਮਾ ਲਿਖ ਕੇ ਕਹਿੰਦੇ ਮੇਰੀ ਮੱਤ ਥੋੜ੍ਹੀ ਹੈ, ਮੈਂ ਬਿਆਨ ਨਹੀਂ ਕਰ ਸਕਦਾ। ਅਤੇ ਸਾਡਾ ਜ਼ੋਰ ਲੱਗਾ ਹੁੰਦਾ, ਇਹਨੂੰ ਵੀ ਪਤਾ ਲੱਗੇ, ਉਹਨੂੰ ਵੀ ਪਤਾ ਲੱਗੇ ਵੀ ਮੇਰੇ ਕੋਲ ਤਾਂ ਯਾਰ ਨੌਲੇਜ ਬੜੀ ਹੈ, ਫਲਾਣੇ ਬੰਦੇ ਦਾ ਤਾਂ ਦਿਮਾਗ ਹੀ ਬੜਾ ਹੈ। ਜਿੰਨਾ ਰੁੱਖਾਂ ਨੂੰ ਫਲ ਲੱਗੇ ਹੋਣਾ ਅਕਸਰ ਨੀਵੇਂ ਹੀ ਹੁੰਦੇ ਨੇ, ਆਖੋ ਸਤਿਨਾਮ। ਰੁੱਖ ਉੱਚੇ ਉਹ ਨੇ ਜਿਹਨਾਂ ਨੂੰ ਲੱਗਦਾ ਲੱਗਦਾ ਕੁਛ ਨਹੀਂ ਆ, ਸਪੈਦੇ ਲੱਗੇ ਜੀ ਪਾਪੂਲਰ ਅਤੇ ਸਪੈਦੇ ਕਿੱਡੇ ਕਿੱਡੇ, ਪਹਾੜਾਂ 'ਚ ਚੀਲਾਂ ਦੇ ਰੁੱਖ ਲੱਗੇ ਆ, ਦੇਵਦਾਰ ਸਾਗਵਾਨ ਉੱਚੇ ਹੋ ਜਾਂਦੇ ਆ, ਫਲ ਲੱਗਾ ਕਰੇ ਖਾਧਾ ਕਿਸੇ, ਅਤੇ ਬੇਰੀਆਂ ਨੂੰ ਲੱਗੇ ਬੇਰ ਵੇਖੋ ਜਦੋਂ ਲੱਗ ਜਾਂਦੇ ਆ ਧਰਤੀ ਨਾਲ ਲੱਗ ਜਾਂਦੀਆਂ। ਜਿੰਨੇ ਜਿੰਨੇ ਰੁੱਖਾਂ ਨੂੰ ਫਲ ਲੱਗਣਗੇ ਮਿੱਠੇ ਹੋਣਗੇ, ਉਹਨੇ ਨੀਵੇਂ ਹੋਣਗੇ, ਅਤੇ ਜੇ ਕਿਤੇ ਉੱਚਿਆਂ ਨੂੰ ਫਲ ਲੱਗਿਆ ਉਹ ਬੇਕਾਰ ਹੋਏਗਾ ਸਿਮਰ ਰੁੱਖ ਵਰਗਾ। ਅਤੇ ਜਦ ਕੋਈ ਵਿਦਵਾਨ ਹੋ ਕੇ ਭਗਤੀ ਕਰਦਾ, ਬੰਦਗੀ ਕਰਦਾ, ਨਾਮ ਜਪਦਾ, ਉਹੀ ਇਹ ਸ਼ਬਦ ਲਿਖ ਸਕਦਾ ਵੀ ਮੇਰੀ ਮੱਤ ਛੋਟੀ ਹੈ, ਸਤਿਗੁਰੂ ਤੇਰੀ ਕਥਾ ਦਾ ਮੈਂ ਕੋਸ਼ਿਸ਼ ਕਰਕੇ ਵੀ ਵਰਣਨ ਨਹੀਂ ਕਰ ਸਕਦਾ, ਸਤਨਾਮ। ਇਹ ਨਿਮਰਤਾ, ਇਹ ਨਿਮਰਤਾ ਗੁਰਸਿੱਖਾਂ 'ਚ ਹੁੰਦੀ, ਗੁਰੂ ਕੇ ਸਿੱਖ ਨਾ ਬਾਣੀ ਦੀ ਕੰਠ ਹੋਊਗੀ। ਜੇ ਕੋਈ ਪੁੱਛੇ ਬਾਬਾ ਜੀ ਸੁਣਿਆ ਤੁਹਾਨੂੰ ਪੰਜ ਬਾਣੀਆਂ ਕੰਠ, ਕਹਿੰਦਾ ਨਾ ਭਾਈ ਮੈਨੂੰ ਕਿੱਥੇ ਕੰਠ ਨੇ, ਐਵੇਂ ਝੱਲ ਮਾਰਨਾ ਮੈਂ ਜੋ ਕਰ। ਅਤੇ ਮੇਰੇ ਵਰਗਾ ਫੁਕਰਾ ਬੰਦਾ ਕੋਈ ਪੁੱਛੇ
ਕਹਿੰਦਾ ਲੈ ਮੈਨੂੰ ਤੇ ਗੁਰੂ ਗ੍ਰੰਥ ਸਾਹਿਬ ਸਾਰਾ ਹੀ ਆਉਂਦਾ, ਮੈਂ ਤੇ ਪੜ੍ਹਿਆ ਹੋਇਆ ਪਰ ਇਹ ਦੱਸਦਾ। ਗੁਰੂ ਨੇ, ਗੁਰੂ ਸਾਹਿਬ ਨੇ, ਪਰਮੇਸ਼ਰ ਨੇ ਪੜ੍ਹਨ ਦੀਆਂ ਗੱਲਾਂ ਨਾਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਗਾਇਆ ਕਰ ਵਿਚਾਰਿਆ ਕਰ, ਪੜ੍ਹਨ ਦੀ ਗੱਲ ਨਾ ਕਰ। ਪੜ੍ਹਿਆ, ਪੜ੍ਹੇ ਨੂੰ ਕੀ ਹੈ, ਪੜ੍ਹੇ ਤਾਂ ਦੁਨੀਆਂ ਤੁਰੀ ਫਿਰਦੀ ਇੱਥੇ। ਮੈਂ ਉਹ ਵੀ ਵੇਖੇ ਆ ਜਿਹੜੇ PhD ਕਰੀ ਫਿਰਦੇ ਆ ਅਤੇ ਉਹ ਗੱਲਾਂ ਲੋਕਾਂ ਨੂੰ ਪੁੱਛਦੇ ਹੁੰਦੇ, ਕਹਿੰਦੇ ਯਾਰ ਆ ਦੱਸੀ ਮਾੜਾ ਜਿਹਾ ਤਾਂ ਲੋਕ ਕਿਵੇਂ ਖੁੱਲਦਾ, ਕੀ ਕਰ ਲਈਏ ਇਹ ਕੀਤਾ। CA ਕਰੀ ਫਿਰਦੇ ਲੋਕ, ਇੰਨੇ ਇੰਨੇ ਵੱਡੇ ਕੋਰਸ ਕਰੀ ਫਿਰਦੇ ਆ, ਮਾੜੀ ਜਿਹੀ ਗੱਲ 'ਤੇ ਅੜ ਜਾਂਦੇ ਆ, ਸਲਾਹ ਦੂਜੇ ਵਕੀਲ ਤੋਂ ਲੈਂਦੇ, ਕਹਿੰਦੇ ਯਾਰ ਕਿੱਦਾਂ ਲਈਏ, ਇੱਥੇ ਤਾਂ ਉਹ ਗਿਆ। ਪਿਆਰਿਓ ਜਿਨ੍ਹਾਂ ਦੇ ਕੋਲ ਨਿਮਰਤਾ ਆ ਜਾਏ ਉਹ ਸਭ ਕੁਝ ਜਾਣਦੇ ਹੋਏ ਵੀ ਕਹਿੰਦੇ ਆ ਮੈਂ ਅਣਜਾਣ ਹਾਂ, ਮੈਂ ਮੂਰਖ ਹਾਂ, ਮੇਰੇ ਕੋਲ ਕੁਛ ਨਹੀਂ ਹੈ। ਗੁਰੂ ਸਾਹਿਬ ਦੇ ਸ਼ਬਦ ਸਿਖਾਏ ਤੇ ਕਵੀ ਜੀ ਨੇ ਨੋਟ ਕੀਤੇ ਜੀਵਨ ਵਿੱਚ, ਪਾਤਸ਼ਾਹ ਕੀ ਕਹਿੰਦੇ ਆ, ਮੈਂ ਮੂਰਖ ਕੀ ਕੇਤਕ ਪਾਲ ਹੈ ਊਠ ਪ੍ਰਾਂਤੀ ਕਰਿਆ। ਗੁਰੂਦੇਵ ਕੀ ਆਖ ਰਹੇ ਆ, ਕਹਿੰਦੇ ਮੈਂ ਮੂਰਖ, ਮੇਰੀ ਕਾਹਦੀ ਗੱਲ ਹੈ, ਕਰੋੜਾਂ ਅਪਰਾਧੀਆਂ ਨੂੰ ਤੂੰ ਪਾਰ ਦਿੱਤਾ ਏ। ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਦਾਸ ਨਾ ਪਰਿਆ ਵੇ। ਪਾਤਸ਼ਾਹ ਜੀ ਨੇ ਤੈਨੂੰ ਵੇਖਿਆ, ਜਿਹਨੇ ਤੇਰੇ ਬਾਰੇ ਸੁਣਿਆ ਨਾ, ਇੰਨਾ ਕੁ ਮੈਨੂੰ ਵਿਸ਼ਵਾਸ ਹੈ ਉਹ ਜੰਮਣ ਮਰਨ ਚ ਨਹੀਂ ਪੈਂਦਾ, ਪੜ ਜਾਂਦਾ ਉਹ। ਪਰ ਨਿਮਰਤਾ ਜੀ ਚਾਹੀ ਮੈਂ ਤੇ ਸਾਡੇ ਨਿਮਰਤਾ ਥੋੜ੍ਹੀ, ਆਪਾਂ ਤੇ ਦੱਸੀਦਾ ਗੁਰੂ ਘਰ ਆ ਕੇ ਧਾਰਮਿਕ ਥਾਂ ਤੇ ਜਾ ਕੇ ਵੀ ਜਿਹੜੇ ਸਾਡੇ ਦਾਦਾ ਜੀ ਸੀ ਨਾ ਉਹ ਬੜਾ ਗੁਰਦੁਆਰੇ ਜਾਂਦੇ ਹੁੰਦੇ ਸੀ। ਮੇਰੇ ਫੁੱਫੜ ਜੀ, ਮੇਰੇ ਭੂਆ ਜੀ, ਮੇਰੇ ਮਾਸੜ ਜੀ 5 ਸਾਲ ਪ੍ਰਧਾਨ ਰਹੇ ਜੀ ਗੁਰਦੁਆਰੇ। ਦੱਸਣਾ ਕੀ ਚਾਹੁੰਦਾ ਯਾਰ, ਸਿੱਧੀ ਗੱਲ ਤੇ ਆ ਵੀ 5 ਸਾਲ ਪ੍ਰਧਾਨ ਰਹੇ ਆ ਤੇ ਗੁਰਦੁਆਰਾ ਕਿੰਨਾ ਖਾਦਾ ਹੋਊਗਾ। ਫਿਰ ਗੁੱਸਾ ਲੈ, ਨਿਮਰਤਾ, ਨਿਮਰਤਾ ਕੀ ਹੈ, ਉਹ ਵੀ ਗੁਰਸਿੱਖ ਬੈਠੇ ਆ 30-30 ਸਾਲ ਹੋ ਗਏ ਜੀਵਨ ਭਰ ਸੇਵਾ ਕਰਦੇ, ਝਾੜੂ ਲਾਉਂਦੇ ਆ। ਜੇ ਕੋਈ ਆਖੇ ਨਾ ਵੀ ਗੁਰਮੁਖਾਂ ਦੀ ਬੜੀ ਸੇਵਾ ਕਰਦਾ, ਖਬਰਦਾਰ ਜੇ ਗੁਰੂ ਬੋਲਿਆ, ਗੁਰੂ ਕਰਾਉਣ ਵਾਲਾ ਹੈ, ਸਤਿਗੁਰੂ ਨਜ਼ਰ ਪੱਠੀ ਕਰ ਦੇਣ ਤੇ ਸਵੇਰੇ ਜਾਗ ਨਹੀਂ ਆਉਣੀ। ਗੁਰਮੁਖ ਅਰਦਾਸ ਕਰਿਆ ਕਰ, ਤੂੰ ਵੀ ਆਇਆ ਉਹ ਡਾਢਾ ਨਿਮਰਤਾ। ਕਦੀ ਭਾਈ ਸੰਤੋਖ ਸਿੰਘ ਆਖਣ ਲੱਗੇ, ਸੰਗਤ ਜੀ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਮੈਂ ਲਿਖਾਂ, ਇਹ ਮੈਂ ਗੁਰਮੁਖਾਂ ਦੀ ਦੱਸ। ਮੈਂ ਕਦੇ ਨਿਮਾਣੀ ਦੀ ਕੋਸ਼ਿਸ਼ ਕੀਤੀ ਹੈ, ਕਰਾਈ ਸਤਿਗੁਰਾਂ ਦੀ ਹੈ, ਲਿਖਾਈ ਪਾਤਸ਼ਾਹ ਨੇ ਆਪ ਹੈ, ਪਰ ਕਹਿੰਦੇ ਇਹ ਤੁੱਛ ਦੀ ਕਥਾ ਲਿਖੀ। ਤੁੱਛ ਮਤਲਬ ਹਲਕੀ ਮਤ, ਛੋਟੀ ਮਤ, ਤੂੰ ਮੰਨਦਾ ਵੀ ਮੇਰੀ ਮਤ ਛੋਟੀ ਹੈ। ਹਰ ਬੰਦਾ ਕਹਿੰਦਾ ਵੀ ਅਕਲ ਦੀ ਤੂਪ ਮੇਰੇ ਕੋਲ ਹੀ ਹੈ, ਸਿਆਣਾ ਮੈਂ ਹੀ ਹਾਂ, ਸਾਰੇ ਕੋਲ ਤੂੰ ਫਿਰਦੇ ਆ ਇੱਥੇ। ਪਰ ਧੰਨ ਮਹਾਂਕਵੀ ਭਾਈ ਸੰਤੋਖ ਸਿੰਘ ਆਖਣ ਲੱਗੇ, ਪਿਆਰਿਓ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਲਿਖਣ ਤੋਂ ਪਹਿਲਾਂ ਮੈਂ ਕਈ ਸਾਲ ਸੋਚਦਾ ਰਿਹਾ ਵੀ ਇਹਨਾਂ ਹੱਥਾਂ ਨਾਲ ਲਿਖਾਂ ਕਿਵੇਂ, ਹੱਥ ਕੰਬਦੇ ਰਹੇ ਨੇ। ਇਹ ਜਥਾ ਮਤ ਤਥਾ ਸੁਬਰਨੀ, ਕਹਿੰਦੇ ਜਿਵੇਂ ਦੀ ਮੇਰੀ ਮਤ ਸੀ ਮੈਂ ਉਹੋ ਦੀ ਵਰਣਨ ਕਰਦੀ। ਇੰਨੀ ਸੋਹਣੀ ਕਥਾ ਯਾਰ, ਵਾਰੇ ਜਾਈਏ ਇਸੇ ਮੰਤ ਰੱਖਣ ਦੇ। ਕਹਿੰਦੇ ਜੇ ਉਹੋ ਦੀ ਮਤ ਉਹ ਅਸੀਂ ਆਪਣੀ ਮੰਦੀ ਮਤ ਨੂੰ ਵੀ ਲੋਕਾਂ ਦੇ ਸਿਰ ਥੋਪਣ ਨੂੰ ਫਿਰਦੇ ਹਾਂ ਵੀ ਮੇਰੇ ਵਰਗੀ ਹੈ, ਪਰ ਮੇਰੀ ਗੱਲ ਮੰਨਿਆ ਕਰ, ਮੈਂ ਸਿਆਣਾ ਬੜਾ। ਉਹ ਸਮਾਂ ਪੁਰਖ ਨੇ ਸਾਰਾ ਕੁਝ ਲਿਖ ਕੇ ਕਹਿੰਦੇ ਮੇਰੀ ਮਤ ਜੇ ਉਹੋ ਜੀ ਸੀ ਟੁੱਟੀ ਭੱਜੀ ਮਤ ਲਿਖਦੀ। ਕਹਿੰਦੇ ਜੇ ਕੋਈ ਇਤਿਹਾਸ 'ਚ ਗਲਤੀ ਲੱਭੇ, ਗੁਰ ਇਤਿਹਾਸ ਦੀ ਗਲਤੀ ਨਹੀਂ, ਕਵੀ ਕਹਿੰਦੇ ਮੇਰੀ ਮਤ ਦੀ ਗਲਤੀ ਤੇ ਖੋਟ ਹੋ ਸਕਦਾ ਆਖੋ ਸਤਨਾਮ। ਕਿਤੇ ਮੈਂ ਗਲਤ ਲਿਖਤਾ ਹੋਵੇ, ਕਿਤੇ ਉੱਕ ਗਿਆ ਹੋ, ਕਿਤੇ ਕੁਤਾਹੀ ਹੋ ਗਈ ਹੋਵੇ। ਯਾਰ ਕੋਈ ਮੰਨਦਾ ਅੱਜ ਤੱਕ ਰਾਈਟਰ ਹੋਵੇ, ਵਿਦਵਾਨ ਹੋਵੇ ਵੀ ਮੈਂ ਗਲਤ ਲਿਖਿਆ? ਅਸੀਂ ਆਪਣੀਆਂ ਗਲਤੀਆਂ ਨੂੰ ਜਸਟੀਫਾਈ ਕਰਦੇ ਹਾਂ ਵੀ ਮੈਂ ਗਲਤ ਨਹੀਂ ਸੀ ਲਿਖਿਆ, ਤੁਹਾਨੂੰ ਲੱਗਿਆ ਹੋਣਾ ਜੀ। ਹੁੰਦੀਆਂ ਅੱਜ ਕੱਲ੍ਹ ਵੀਡੀਓ ਇੱਕ ਦੂਜੇ ਦੀ ਗਲਤੀ ਕਰਕੇ ਲੋਕ ਕਹਿੰਦੇ ਆ,
ਕਹਿੰਦੇ ਵੇਖੋ ਜੀ ਮੈਂ ਮੰਗਦਾ ਮਾਫੀ ਜੇ ਤੁਹਾਡੇ ਦਿਲਾਂ ਨੂੰ ਠੇਸ ਪਹੁੰਚੀ ਹੋਵੇ, ਪਰ ਪਿੱਛੋਂ ਸਫਾਈ ਕੀ ਦਿੱਤੀ, ਮੇਰਾ ਮਕਸਦ ਇਹ ਨਹੀਂ ਸੀ ਏਦਾਂ ਹੋਵੇ, ਮੈਂ ਗਲਤ ਨਹੀਂ ਸੀ ਕੀਤਾ, ਚਲੋ ਜੇ ਫਿਰ ਵੀ ਕਿਸੇ ਨੂੰ ਗਲਤ ਲੱਗਿਆ ਮੈਂ ਮਾਫੀ ਮੰਗਦਾ। ਚਪੇੜ ਮਾਰ ਕੇ ਹਸਾਉਣ ਵਾਲੀ ਗੱਲ ਕਰਦੀ, ਮਾਫੀ ਵੀ ਮੰਗ ਲਈ, ਇਹ ਵੀ ਕਹਿਤਾ ਵੀ ਮੈਂ ਤੇ ਗਲਤ ਨਹੀਂ ਸੀ ਕਿਹਾ, ਮੈਂ ਤੇ ਗਲਤ ਕੀਤਾ ਵੀ, ਜੇ ਫਿਰ ਵੀ ਕਿਸੇ ਦੇ ਮਨ ਨੂੰ ਠੇਸ ਲੱਗੀ, ਮਤਲਬ ਜੇ ਕਿਸੇ ਨੂੰ ਗਲਤ ਲੱਗਿਆ ਹੈ ਤਾਂ ਹੈ ਨਹੀਂ ਗਲਤ, ਅੱਜ ਜ਼ਮਾਨਾ ਚੱਲਦਾ ਨਾ। ਪਰ ਤੁਹਾਨੂੰ ਕਵੀ ਭਾਈ ਸੰਤੋਖ ਸਿੰਘ ਕਹਿੰਦੇ ਮੇਰੀ ਮੱਤ ਮੁਤਾਬਕ ਮੈਨੂੰ ਲੱਗਦਾ ਸੈਂਕੜੇ ਗਲਤੀਆਂ ਹੋਈਆਂ ਹੋਣਗੀਆਂ। ਕਹਿੰਦੇ ਇਹ ਨਾ ਕਿਹੋ ਵੀ ਗੁਰੂ ਦੀ ਮੱਤ, ਗੁਰੂ ਦੀ ਗੱਲ, ਗੁਰੂ ਇਤਿਹਾਸ ਵਿੱਚ ਕਮੀ ਹੋਣੀ, ਕਹਿੰਦੇ ਲਿਖਣ ਵਾਲੇ ਲਿਖਾਰੀ ਦੀ ਪੂਰਨਤਾਈ ਹੋਣੀ ਹੈ, ਮੈਥੋਂ ਲਿਖਦਿਆਂ ਵੀ ਗੁਨਾਹ ਹੋਏ ਹੋਣਗੇ। ਸ਼ਰੋਤਨ ਕੇ ਵਿਕਾਰ ਕੋ ਹਰਨੀ, ਪਰ ਇਹ ਕਥਾ ਮੈਨੂੰ ਇੰਨਾ ਪਤਾ ਹੈ ਵੀ ਇਹ ਸਰੋਤਿਆਂ ਦੇ ਵਿਕਾਰਾਂ ਨੂੰ ਕੱਟ ਦਿੰਦੀ ਹੈ ਤੇ ਲਿਖਣ ਵਾਲੇ ਦੀ ਉਮਰ ਕਿੱਥੇ ਛੱਡੂਗੀ। ਇਹ ਕਥਾ ਬੜੀ ਮਹਾਨ ਹੈ, ਭਾਗਾਂ ਵਾਲੇ ਹੁੰਦੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਆ, ਜੀਵਨ ਵਿੱਚ ਗਿਰਲੇ ਹੁੰਦੇ ਆ ਜੀ ਜਿਹਨਾਂ ਨੂੰ ਦਸਾਂ ਸਤਿਗੁਰਾਂ ਦੀ ਕਥਾ ਸੁਣਨ ਦਾ ਮੌਕਾ ਮਿਲਦਾ ਹੈ। ਮੈਂ ਐਸੇ ਵੀ ਗੁਰਮੁਖ ਵੇਖੇ ਆ ਜੀ, ਪਟਿਆਲੇ ਦੀ ਧਰਤੀ 'ਤੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਗੁਰਦਾਸ ਨੇ ਬੜਾ ਲੰਮਾ ਸਮਾਂ ਉੱਥੇ ਵੀ ਸੇਵਾ, ਪਰ ਵੇਖਿਆ ਉੱਥੇ ਉਹ ਵੀ ਗੁਰਮੁਖ ਬੈਠੇ ਨੇ ਜਿਹਨਾਂ ਨੇ ਦਸਾਂ ਸਤਿਗੁਰਾਂ ਦੀ ਕਥਾ ਨੂੰ ਜੀਵਨ ਵਿੱਚ ਪੰਜ ਪੰਜ ਸੱਤ ਸੱਤ ਵਾਰ ਸੁਣਿਆ, ਪਰ ਕਦੇ ਆ ਕੇ ਨਹੀਂ ਕਿਹਾ ਭਾਈ ਸਾਹਿਬ ਤੁਹਾਡੀ ਉਮਰ ਛੋਟੀ ਹੈ, ਸਾਡੀ ਤਾਂ ਤੁਹਾਡੇ ਨਾਲ ਵੱਧ ਕਥਾ ਸੁਣਨ ਦੀ ਪ੍ਰੈਕਟਿਸ ਹੈ। ਨਿਮਰਤਾ, ਹੱਥ ਜੁੜੇ, ਝੁਕਾਵ ਉਹਨਾਂ ਦਾ, ਵਾਹ ਡਰ ਲੱਗਦਾ ਸੀ ਉਹਨਾਂ ਕੋਲ ਬੈਠਿਆ ਕਈ ਵਾਰ ਵੀ ਯਾਰ ਮੇਰੀ ਅਕਲ ਛੋਟੀ ਹੈ, ਮੇਰੀ ਉਮਰ ਬਹੁਤ ਛੋਟੀ, 15-16 ਸਾਲ, ਇਹ ਬਜ਼ੁਰਗ ਬੈਠੇ ਇਹਨਾਂ ਨੇ ਪੰਜ ਪੰਜ ਸੱਤ ਸੱਤ ਵਾਰ ਕਥਾ ਸੁਣੀ ਹੋਈ ਹੈ, 20-25 ਸਾਲ ਸੁਣਦਿਆਂ ਹੋ ਗਏ, ਮੇਰੇ ਵਰਗੇ ਤੇ ਇਹਨਾਂ ਦੇ ਪੋਤੇ ਆ, ਮੈਨੂੰ ਡਰ ਲੱਗਦਾ ਸੀ। ਪਰ ਉਹਨਾਂ ਨੇ ਜੇ ਕਿਤੇ ਗਲਤੀ ਵੀ ਹੋਣੀ ਤਾਂ ਵੀ ਨਾ ਕਹਿਣਾ ਵੀ ਭਾਈ ਸਾਹਿਬ ਤੁਸੀਂ ਕਿਵੇਂ ਸੁਣਾਉਂਦਾ ਜੀ, ਇਹ ਕਿਵੇਂ ਕਹਿੰਦਾ ਸੀ, ਉਹ ਕੀ ਸੀ, ਉਹਨਾਂ ਗੁਰਮੁਖਾਂ ਉੱਤੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਹੈ, ਬਿਨਾਂ ਭਾਗਾਂ ਤੋਂ ਕੋਈ ਇੱਕ ਵਾਰ ਕਥਾ ਨਹੀਂ ਸੁਣ ਸਕਦਾ, ਜਿਹਨਾਂ ਦੇ ਭਾਗ ਜਾਗਦੇ ਕਹਿੰਦੇ ਵਾਰ ਵਾਰ ਸੁਣਾਓ, ਕਿਉਂਕਿ ਇਹ ਕਥਾ ਨਿਤ ਨਵੀਂ ਹੈ। ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ, ਗੁਰੂ ਦੀ ਕਥਾ ਸਦਾ ਨਹੀਂ, ਪਹਿਲਾਂ ਵੀ ਆਪ ਜੀ ਨੇ ਸੁਣੀ ਤੁਹਾਡੇ ਸਿੰਘਿਆਂ ਪਿਆਰਿਆਂ, ਪਰ ਉਹ ਆਪ ਮੰਨਦੇ ਆ ਕਹਿੰਦੇ ਜੀ ਜਿਹੜੀ ਕਥਾ ਪਹਿਲਾਂ ਸੁਣੀ ਅਤੇ ਹੁਣ ਸੁਣੀ, ਗੁਰੂ ਨਾਨਕ ਸਾਹਿਬ ਦੀ ਜ਼ਮੀਨ ਅਸਮਾਨ ਦਾ ਫਰਕ ਹੈ, ਪ੍ਰਸਾਦ ਵੀ ਉਹੀ ਸੀ, ਕਥਾ ਵੀ ਉਹੀ ਹੈ, ਕਥਾ ਕਰਨ ਵਾਲਾ ਵੀ ਉਹੀ ਹੈ, ਤਰੀਕਾ ਵੀ ਉਹੋ ਜਿਹਾ ਹੀ ਹੈ, ਪਰ ਕਹਿੰਦੇ ਨੇ ਕੌਣ ਫਰਕ ਹੈ, ਕਿਉਂ, ਕਿਉਂਕਿ ਗੁਰੂ ਦੀ ਕਲਾ ਵਰਤਦੀ ਹੈ, ਸਤਿਗੁਰ ਦੀ ਕਿਰਪਾ ਵਰਤਦੀ ਹੈ, ਕਥਾ ਆਪ ਕਰਾਉਂਦੇ ਆ, ਆਪ ਹੀ ਸੁਣਦੇ ਆ, ਆਪ ਹੀ ਕਰਨ ਦੀ ਸਮਰੱਥਾ ਬਖਸ਼ਦੇ ਆ, ਕੋਈ ਵੀ ਪ੍ਰਚਾਰਕ ਹੋਵੇ ਗੁਰੂ ਆਪ ਕਰਾਉਂਦੇ ਆ, ਬੰਦਾ ਕੀ ਕਰ ਸਕਦਾ, ਕੁਛ ਵੀ ਨਹੀਂ। ਪਰ ਕਵੀ ਕਹਿੰਦੇ ਜੇ ਕੋਈ ਨੂਣਤਾਈ ਹੋਈ, ਕੋਈ ਗਲਤੀ ਹੋਈ, ਕਹਿੰਦੇ ਲਿਖਾਰੀ ਦੀ ਲੇਖਕ ਦੀ ਗਲਤੀ ਮੰਨਿਓ, ਵੇਖਿਓ ਸਿੱਖੋ ਇਤਿਹਾਸ ਦੇ ਉਗਲਣਾ ਚੁੱਕਿਓ, ਆਖੋ ਸਤਨਾਮ ਜੀ ਕਰਦਾ ਇਸੇ ਮਹਾਂਪੁਰਖ ਦੇ ਪੈਰ ਧੋਕੇ, ਅਤੇ ਮੇਰੇ ਵਰਗੇ ਮੂਰਖ ਲੋਕ ਇਤਿਹਾਸ ਚੁੱਕ ਚੁੱਕ ਕੇ ਕਹਿੰਦੇ ਵੇਖੋ ਜੀ ਕਵੀ ਸੰਤੋਖ ਸਿੰਘ ਨੇ ਆਹ ਲਿਖਤਾ, ਵੇ ਤੂੰ ਕੀ ਜਾਣਦਾ, ਤੈਨੂੰ ਕੀ ਪਤਾ ਉਹ ਕੌਣ ਸੀ ਲਿਖਣਾ, ਇਹ ਕੌਣ ਨੇ ਜਿਹਨਾਂ ਨੂੰ ਆਹ ਬ੍ਰਿਜ ਭਾਸ਼ਾ ਦੀ ਇੱਕ ਪੰਕਤੀ ਨਹੀਂ ਨਾ ਪੜ੍ਹਨੀ ਆਉਂਦੀ, ਉਹ ਲੋਕ ਇਤਿਹਾਸ ਦੀ ਵਿਰੋਧਤਾ ਕਰਦੇ, ਇਹ ਐਡਾ ਪਵਿੱਤਰ ਇਤਿਹਾਸ ਹੈ, ਜੋ ਮਰਜ਼ੀ ਕੌਮ 'ਤੇ ਭੀੜਾਂ ਪੈਂਦੀਆਂ, ਇਤਿਹਾਸਕ ਥਾਵਾਂ 'ਤੇ ਕਥਾ ਹੁੰਦੀ ਸੀ, ਹੁੰਦੀ ਹੈ, ਹੁੰਦੀ ਰਹੇ, ਕੁੱਤਿਆਂ ਦੇ ਭੌਂਕਣ ਨਾਲ ਹਾਥੀਆਂ ਨੂੰ ਕਦੇ ਫਰਕ ਨਹੀਂ ਪਿਆ, ਸਤਨਾਮ ਗੁਰੂ ਦੀ ਕਥਾ, ਗੁਰੂ ਦਾ ਇਤਿਹਾਸ ਹਾਥੀਆਂ ਦੇ ਸਮਾਨ ਹੈ,
ਇਹ ਚੋਂ ਕੀ ਗਲਤੀ ਕੱਢ ਸਕਦਾ? ਕਵੀ ਕਹਿੰਦੇ ਮੈਂ ਹੋਣਾ ਕਾਰ, ਮੈਥੋਂ ਗਲਤੀਆਂ ਹੋਣੀਆਂ ਹੋਣਗੀਆਂ, ਮੈਨੂੰ ਮਾੜਾ ਬੋਲ ਲਿਓ। ਕਹਿੰਦੇ ਗੁਰੂ ਦੀ ਕਥਾ ਨੂੰ ਮਾੜਾ ਨਾ ਕਹਿ। ਇਸ ਕਥਾ ਨੂੰ ਸੁਣਨ ਵਾਲਾ ਕਰ ਜਾਂਦਾ ਜੋ ਇਹ ਕਥਾ ਸੁਣਾਇਆ ਜਾਵੇ ਦੁੱਖ ਪਾਪ ਕਹਿੰਦੇ ਹਰੀ ਦੀ ਕਥਾ ਹੈ, ਇਹ ਰੱਬ ਦੀ ਕਥਾ ਹੈ। ਚੌਪਈ ਜੋਗ ਵਿਰਾਗ ਭਗਤ ਪੁਨ ਗਿਆਨਾ ਇਹ ਚਾਰੋਂ ਵਿਧ ਨਾਨਾ। ਕਹਿੰਦੇ ਸਤਿਗੁਰਾਂ ਦੀ ਪਾਵਨ ਕਥਾ ਚੋਂ ਕਿਹੜੇ ਵੱਡੇ ਕੋਲ ਮਿਲੇ? ਯੋਗ, ਗਿਆਨ, ਭਗਤ ਤੇ ਵਿਰਾਗ। ਕਹਿੰਦੇ ਚਾਰ ਚੀਜ਼ਾਂ ਮੈਨੂੰ ਪ੍ਰਾਪਤ ਹੋਈਆਂ, ਮੇਰੇ ਜੀਵਨ ਵਿੱਚ ਆਈਆਂ। ਸੰਗਤ ਜੀ ਮੈਂ ਅਰਦਾਸ ਕਰਦਾ ਗੁਰੂ ਨਾਨਕ ਦੇ ਚਰਨ ਵਿੱਚ, ਕਵੀ ਸੁਣਨ ਵਾਲਿਆਂ ਦੇ ਜੀਵਨ ਵਿੱਚ ਵੀ ਚਾਰ ਵੱਡੇ ਗੁਣੇ ਆ ਜਾਣ, ਆਖੋ ਸਤਿਨਾਮ। ਮੋਹ ਮਾਇਆ ਨਿਕਲ ਜੂਗੀ, ਨਿੱਤ ਦੀ ਚਿੰਤਾ ਮੁੱਕ ਜੂਗੀ, ਰੋਜ਼ ਦਾ ਲਾਲਚ ਮੁੱਕ ਜੂ। ਸਾਡੇ ਦੁੱਖਾਂ ਦਾ ਕਾਰਨ ਲਾਲਚ ਤੇ ਚਿੰਤਾ ਹੀ ਹੈ ਨਾ। ਤੇ ਜਦੋਂ ਇਹ ਮੁੱਕ ਗਈਆਂ, ਦੁੱਖ ਕਿਹੜਾ ਕੁਛ ਜਿਹਦੇ ਵਿੱਚ ਹੈ? ਕੋਈ ਲਾਭਾ ਨਹੀਂ ਕਿਸੇ ਨਾਲ, ਕੋਈ ਦੁੱਖ ਨਹੀਂ ਕਿਸੇ ਨਾਲ। ਲਾਭੇ ਪਾਉਂਦੇ ਸਾਡੇ ਵੀ ਮੈਂ ਇਹਦੇ ਲਈ ਇੰਨਾ ਕੀਤਾ ਹੀ ਮੇਰਾ ਕੁਛ ਨਹੀਂ ਕੀਤਾ, ਲਾਲਚ ਦੇ ਲਾਭ ਲਿਆ। ਪਰ ਜਿੱਦਣ ਗੁਰੂ ਦੀ ਕਿਰਪਾ ਹੋ ਗਈ, ਕਵੀ ਕਹਿੰਦੇ ਜੀਵਨ ਆਨੰਦ ਸਵਰਗ ਤੋਂ ਉੱਚਾ ਹੋ ਗਈ। ਸਮਾਂ ਸਮਾਪਤ ਹੈ, ਸਮਾਪਤੀ ਦੀ ਕਥਾ ਚੱਲ ਰਹੀ ਹੈ। ਪੰਜ ਤਰੀਕ ਵਾਲੇ ਦਿਨ ਸਮਾਪਤੀ ਦੀ ਅਰਦਾਸ ਹੋਏਗੀ, ਪਾਤਸ਼ਾਹ ਕਿਰਪਾ ਕਰਨ। ਇਸੇ ਤਰ੍ਹਾਂ ਜੁੜ ਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਕਥਾ ਵੀ ਸਤਿਗੁਰਾਂ ਦੀ ਦਇਆ ਨਾਲ ਆਰੰਭ ਹੋਣੀ ਹੈ। ਆਪਾਂ ਆਪ ਜੁੜਨਾ ਹੈ, ਕੋਸ਼ਿਸ਼ ਕਰੋ ਜੇ ਕੋਈ ਛੋਟਾ ਬੱਚਾ ਹੋਵੇ ਇਲਾਕੇ 'ਚ, ਜਾਂ ਕੋਈ ਬਜ਼ੁਰਗ ਹੋਵੇ ਲੈ ਕੇ ਆਓ, ਤੁਹਾਨੂੰ ਕੋਈ ਇੱਕ ਵੀ ਨਾਲ ਜੁੜ ਜਾਵੇ ਤਾਂ ਸਾਡੇ ਜੀਵਨ ਵਿੱਚ ਕੋਈ ਗੁਰ ਪ੍ਰੈਰਿਤ ਹੋ ਜਾਵੇ। ਕਿਉਂਕਿ ਜੋੜਨ ਵਰਗਾ ਕੁੱਲ ਕੋਈ ਅਤੇ ਤੋੜਨ ਵਰਗਾ ਆਪ ਕੋਈ। ਪਾਤਸ਼ਾਹ ਕਿਰਪਾ ਕਰਨ ਜੁੜ ਕੇ ਸਭ ਨੂੰ ਜੋੜਦੇ ਰਹੀਏ। ਵਾਹਿਗੁਰੂ ਵਾਹਿਗੁਰੂ।